ਬੋਲਰ ਨੇ ਪਰਮਾਤਮਾ ਦੀ ਸਾਹਮਣੇ ਸਾਹਮਣੇ ਦੱਸੂਗੀ ਰੰਗ ਕਵਰ ਕਰਦਾ ਮੇਰਾ ਬਾਬੇ ਨਾਨਕ ਦੀ ਤਗੜਾ ਹੈ ਤਾਂ ਸਾਹਮਣੇ ਆਖੋ ਵੀ ਬਾਨਰ ਪੰਜ ਮੁੰਡਾ ਕਹਿੰਦੇ ਮੈਂ ਤਾਂ ਮੇਰੇ ਮਿੱਤਰੋ ਬਿੱਟੂ ਦੇ ਪਿੰਡੋਂ
ਦੇ ਮੁੰਡੇ ਚੱਲ ਕੇ ਆਏ, ਪੱਠੋਕਲਾਂ ਦੀ ਧਰਤੀ ਹੈ, ਬੜਾ ਮਸ਼ਹੂਰ ਨਗਰ ਹੈ, ਕਾਲਾ ਰਹਿੰਦਾ ਕਹਿੰਦੇ ਕੈਨੇਡਾ ਦੇ ਵਿੱਚ, ਉਹਨਾਂ ਦੀ ਧੰਨਵਾਦ ਹੈ। ਤਾਂ ਸਾਹਮਣੇ ਵੇਖਣਗੇ ਮੈਚ ਕਹਿੰਦੇ ਕਮਾਲ ਹੈ। ਉਧਰ ਹਰਜੀਤ ਸਾਡਾ ਭਰਾ ਕਹਿੰਦੇ ਯੂਕੇ ਵਾਲਾ ਮੁੰਡਾ ਸੰਧੂ ਕੁਮਾਰ ਦਾ ਕਹਿੰਦਾ ਹੈ ਵੀ ਕਿਸੇ ਵੀ ਖੇਡ ਵੇਲੇ ਤੇ ਡਾਮੇ ਵਾਲੀਏ ਸੁਮਨ ਸਿੱਧੂ ਦਾ ਸਨਮਾਨ ਐਲਈਡੀ ਦੇ ਨਾਲ ਕਹਿੰਦੇ ਕੀਤਾ ਜਾਵੇਗਾ। ਉਹ ਭਰਾ ਨੂੰ ਵੀ ਕਹਿੰਦੇ ਵੱਡੀ ਮੁਬਾਰਕਬਾਦ ਹੈ। ਆਹ ਮੁੰਡਾ ਕਹਿੰਦੇ ਦੂਜੀ ਵਾਰੀ ਪਹਿਲੀਆਂ ਗੱਲਾਂ ਕਿੱਥੋਂ ਬਣਦੀਆਂ ਨੇ, ਛੱਪੜਾ ਵਿੱਚ ਸਮੁੰਦਰੀ ਛੱਲਾਂ ਆਹ ਕਿੱਥੋਂ ਬਣਦੀਆਂ ਨੇ, ਚੜੀ ਰਹਿੰਦੀ ਸੀ ਇਸ਼ਕ ਖੁਮਾਰੀ ਤੋੜ ਲਈ, ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਯਾਰੀ ਤੋੜ ਲਈ, ਅਸੀਂ ਇੱਕ ਦੂਜੇ ਦਾ ਭਲਾ ਸੋਚ ਕੇ ਆਹ ਯਾਰੀ ਤੋੜ ਲਈ। ਆਹ ਪੌਂਡਰੀ ਮੁੰਡਾ ਕਹਿੰਦੇ ਪੱਖੋ ਦੀ ਧਰਤੀ ਦਾ ਜਿਹੜੇ ਪਿਆਰ ਬੜੀ ਟੀਮ ਦੇ ਲਈ ਜਿਹੜੇ ਜੋੜ ਦਿੱਤੇ ਆ ਖੇਡ ਦੇ ਮੈਦਾਨ ਦੇ ਵਿੱਚ, 6 ਸਕੋਰ ਦਾ ਕਹਿੰਦੇ ਵਾਧਾ ਕਰਤਾ ਆਪਣੀ ਟੀਮ ਦੇ ਲਈ ਖਿਡਾਰੀ ਨੇ। ਦੋਨੋਂ ਟੀਮਾਂ ਦਾ ਕਹਿੰਦੇ ਅੱਡੀ ਚੋਟੀ ਦਾ ਜੋਰ ਜਿਹੜਾ ਲੱਗਾ ਹੋਇਆ ਕਹਿੰਦੇ ਜ਼ਿਲ੍ਹੇ ਮਾਨਸੇ ਦਾ ਅੰਡਰ ਦਾ ਕਹਿੰਦੇ ਵੱਡਾ ਮੇਲਾ ਨੌਜਵਾਨ ਚੋਟੀ ਦਾ ਮੁਕਾਬਲਾ, ਸਿਰ ਦੀ ਟੱਕਰ ਦੋਨੋਂ ਟੀਮਾਂ ਦੇ ਦਰਮਿਆਨ, ਜੋਰ ਅੱਡੀ ਚੋਟੀ ਦਾ ਰਾਹੁਲ ਸਾਹਮਣੇ ਬਾਲ ਪਾਉਣ ਦੇ ਲਈ, ਫਿਰ ਮੁੰਡਾ ਕਹਿੰਦੇ ਪੱਖੋ ਦੀ ਧਰਤੀ ਦਾ ਜਿਹੜਾ ਉਹ ਤਿਆਰ ਵਰ ਤਿਆਰ ਹੈ ਮੇਲੇ ਨੂੰ ਕਰਵਾਉਣ ਦੇ ਲਈ, ਜੋਰ ਲੱਗਿਆ ਹੋਇਆ ਮੁੰਡਿਆਂ ਦਾ। ਅਮਨ ਦਾਂਡੇ ਵਾਲੀ ਆ ਨਾਲ ਕਹਿੰਦੇ ਸੁਮਨ ਵਰਗੇ ਭਰਾ ਸਾਡੇ ਨਾਲ, ਝਨੀਰ ਵਾਲੇ ਮੁੰਡੇ ਵੀ ਆਏ ਹੋਏ ਹੈ, ਧੰਨਵਾਦ ਕਹਿੰਦੇ ਸਾਰਿਆਂ ਦਾ। ਅੱਜ ਵੱਡੇ ਮੇਲੇ ਦੇ ਉੱਪਰ ਰਾਹੁਲ ਸਾਹਮਣੇ ਪੱਖੋ ਵਾਲੇ ਗੱਭਰੂ ਦੀ ਬਾਲ ਔਰ ਟੱਕਰ ਗੋਲਡੀ ਦੇ ਨਾਲ, ਚਾਰ ਜੁੜ ਗਏ, ਚਾਰ ਇਹ ਗੋਲ ਲੀਆਂ ਕਹਿੰਦੇ ਆਉਣ ਵਾਲੇ ਸਮੇਂ ਦਾ। ਲੈ ਜਿੰਦਰ ਵੱਡਾ ਮਾਲ ਹੋਵੇਗਾ ਜੇ ਮੁੰਡੇ ਨੇ ਮਿਹਨਤ ਨਾ ਛੱਡੀ, ਟਾਈਮ ਨਾ ਛੱਡੇ, ਗੱਲਾਂ ਹੋਣਗੀਆਂ। ਆਓ ਸਾਹਮਣੇ ਗੱਲਾਂ ਕਹਿੰਦੇ ਸ਼ਿਖਰਾਂ ਤੇ ਹੋਣਗੀਆਂ। ਦੋ ਓਵਰ ਦੇ ਕਿੰਨੇ ਰਨਾਂ ਦੀ, 29 ਅਮਰਤ ਕਿੰਨੇ ਹੋ ਗਏ ਦੋ ਓਵਰ, 29 ਕਲੇਸੀ ਕੈਨੇਡਾ ਇਹ ਦਬਈਆ ਕਿੰਨੇ ਹੈ, 28 ਪਹਿਲੀ ਬਾਲ ਤੇ ਵਿਕਟ ਰੁਪਈਆ 200 ਹੋਣਾ ਹੈ, ਬਾਹਰੋਂ ਕੈਚ ਤੇ ਵੀ ਰੁਪਈਆ ਜਿਹੜਾ 200 ਹੋਣਾ ਹੈ, ਸਕੋਰਾਂ ਦੀ 29 ਨਹੀਂ ਚੱਲਦਾ ਕੰਮ, 29 ਸਕੋਰ ਆ ਲਓ ਸਾਹਮਣੇ, 29 ਬਣ ਗਏ, 29 ਸਕੋਰ ਜਿਹੜੇ ਹੋ ਗਏ ਆ। ਹੁਕਮਾਂ ਵਾਲੀ ਪਿੰਡ ਹੈ ਕਹਿੰਦੇ ਗੱਭਰੂਆਂ ਦਾ, ਧਰਤੀ ਕਹਿੰਦੇ ਹਰਿਆਣੇ ਦੀ ਹੈ, ਫਤਿਹਬਾਦ ਦੇ ਵਿੱਚੋਂ ਮੁੰਡੇ ਕਹਿੰਦੇ ਚੱਲ ਕੇ ਆਏ ਹੈ। ਦੂਜੀ ਟੀਮ ਮੈਂ ਵੇਖਦਾ ਵੀ ਜ਼ਿਲ੍ਹੇ ਬਰਨਾਲੇ ਦੀ ਧਰਤੀ, ਜ਼ਿਲ੍ਹਾ ਛੋਟਾ ਭਾਵੇਂ ਖਿਡਾਰੀ ਜਿਹੜੇ ਵੱਡੇ ਵੱਡੇ ਪੈਦਾ ਕੀਤੇ ਆ ਉਹ ਧਰਤੀ ਤੋਂ ਕਹਿੰਦੇ ਚੱਲ ਕੇ ਆਏ ਨੌਜਵਾਨ। ਲਓ ਪੈਂਦੀ ਬਾਲ, ਅਮਰਤ ਟਰਾਈ ਕਰਦਾ ਖੇਡ ਦੇ ਮੈਦਾਨ ਦੇ ਵਿੱਚ, ਪਰ ਚੋਟੀ ਦੀ ਬਾਲ ਪਾਈ ਹੈ ਨੌਜਵਾਨ ਦੇ, ਵੀ ਮਾੜਾ ਖੇਡ ਕੇ ਖਿਡਾਰੀ ਹੁੰਦਾ ਤਕੜਾ, ਸਿੱਧਾ ਕਦੇ ਨਹੀਂ ਕੋਈ ਸਟਾਰ ਜੰਮਦਾ,
ਰਾਤੋ ਰਾਤ ਬਣ ਦੂ ਫਿਰ ਜਿਹੜਾ ਸਟਾਰ ਉਹ ਬੰਦਾ ਨਹੀਂ ਰਹਿੰਦਾ ਕਿਸੇ ਕੰਮ ਦਾ ਲੀਲਾ ਵਾਲਾ ਮੋੜਾ ਗੱਲਾਂ ਸੱਚ ਲਿਖਦਾ ਹੌਲੀ ਹੌਲੀ ਬੰਦਾ ਪੌੜੀ ਚੜ੍ਹਨੀ ਸਿੱਖਦਾ ਅਮਰਤ ਹੁਕਮਾਂ ਵਾਲੀ ਦਾ ਅਮਰਤ ਜਗਦੀਪ ਦੇ ਪਿੰਡ ਦਾ ਖਿਡਾਰੀ ਹੈ ਆਓ ਸਾਹਮਣੇ ਪੈਂਦੀ ਵਾਲ ਉਧਰਲੇ ਪਾਸੇ ਦੇਖਦੇ ਆ ਰਨ ਕਿੰਨੇ ਸਿੰਗਲ ਆਪਣੀ ਟੀਮ ਦੇ ਲਈ ਬੜੀ ਤੇਜ਼ੀ ਦੇ ਨਾਲ ਬੜੀ ਹੁਸ਼ਿਆਰੀ ਦੇ ਨਾਲ ਅਮਰਤ ਨੇ ਕਿੰਨੇ ਬੜੀ ਟੀਮ ਦੇ ਲਈ ਵਾਅਦਾ ਕਰਦਾ ਵੀ ਚਾਰ ਤੱਕ ਜਦੋਂ ਬਚਦੀਆਂ ਠੋਕਰਾਂ ਫਿਰ ਚੇਤੇ ਆਉਂਦੀਆਂ ਔਕਾਤ ਬੰਦੇ ਨੂੰ ਆਪਣੀ ਜਗ੍ਹਾ ਅਸਲ ਸਿਖਾਉਂਦੇ ਨੇ ਹਾਲਾਤ ਬੰਦੇ ਨੂੰ ਡਿਗਰੀਆਂ ਡਿਪਲੋਮੇ ਆਪਣੀ ਜਗ੍ਹਾ ਅਸਲ ਸਿਖਾਉਂਦੇ ਨੇ ਹਾਲਾਤ ਬੰਦੇ ਨੂੰ ਕਹਿੰਦਾ ਤੇ ਕਹਿੰਦੇ ਸੱਚੀਆਂ ਮੇਰੇ ਮਿੱਤਰੋ ਜਿਹੜੇ ਹਾਲਾਤ ਸਿਖਾ ਦਿੰਦੇ ਆ ਨਾ ਉਹ ਪੜ੍ਹਾਈ ਉਹ ਫਾਰਮੂਲੇ ਕਿਸੇ ਕਿਤਾਬ ਦੇ ਵਿੱਚ ਨਹੀਂ ਲਿਖੇ ਜੋ ਹਾਲਾਤ ਸਿਖਾਉਂਦੇ ਹੈ ਲਓ ਸਾਹਮਣੇ ਬਾਲ ਪਾਉਂਦੇ ਨੇ ਫਿਰ ਖਿਡਾਰੀ ਕਹਿੰਦੇ ਤਿਆਰ ਬਣ ਤਿਆਰ ਇਧਰ ਦੇ ਪਾਸੇ ਵੇਖਦੇ ਹੈ ਉਹ ਟੱਕਰ ਦੇ ਰਹੀ ਕਮਾਲ ਦੀ ਮੈਚ ਸਿਰੇ ਦਾ ਜਿਹੜੀ ਟੀਮ ਜਿੱਤਗੀ ਉਹ ਇੱਕ ਪ੍ਰਾਈਜ਼ ਦੀ ਕਹਿੰਦੇ ਪੱਕੀ ਹੱਕਦਾਰ ਹੋ ਜਾਂਦਾ ਹੈ ਇਹ ਟਾਨੇ ਵਾਲਾ ਵੱਡਾ ਕੱਪ ਕੌਣ ਖੇਡੂ ਕਹਿੰਦੇ ਫਾਈਨਲ ਮੇਰੇ ਮਿੱਤਰੋ ਥੋੜੇ ਸਮੇਂ ਦੇ ਵਿੱਚ ਨਤੀਜੇ ਜਿਹੜੇ ਜੱਗ ਚਾਲ ਹੋ ਜਾਣਗੇ ਉਹ ਬਾਲ ਪਾਉਣ ਦੀ ਖਿਡਾਰੀ ਫਿਰ ਜਿਹੜਾ ਤਿਆਰ ਬਣ ਤਿਆਰ ਹੈ ਟੱਕਰ ਕਹਿੰਦੇ ਬਰਾਬਰ ਦੀ ਵੀ ਕੁੱਕਰ ਦੀ ਲਾਤ ਰਹਿਣਾ ਯਾਦ ਰੱਖੀਏ ਲੱਗ ਹੀ ਗੋਟੇ ਦਾ ਕੋਈ ਸ਼ੁੱਧ ਹੋ ਜਾਵੇ ਲੀਵਰ ਨੂੰ ਕਦੇ ਜੰਗ ਢਿੱਲੋ ਗੱਲਾਂ ਕਰਦਾ ਹੁੰਦਾ ਪਰ ਸਾਹਮਣੇ ਗੋਲਡੀ ਨੇ ਬੱਲੇ ਬੱਲੇ ਕਰਵਾਈ ਹੈ ਹਾਉ ਓਵਰ ਸਮਾਪਤ ਹੈ ਜੀ ਦੱਸੋ ਕਿੰਨੇ ਬਣ ਗਏ ਓਵਰ ਜਿਹੜਾ ਉਹ ਸਮਾਪਤ ਹੈ ਸਕੋਰ ਦਾ ਲੇਖਾ ਜੋਖਾ ਜਿਹੜਾ ਆਪਾਂ ਦੱਸੀਏ ਕਿੰਨੇ ਬਣ ਗਏ ਜੀ 39 ਸਕੋਰ ਹੋ ਗਏ ਬਾਈ ਬੋਲਰ ਨੇਮ ਦੱਸੀ ਲੈ ਵੀ ਦੱਸੋ ਕਾਸ਼ੀ ਕਿੰਨੇ ਨਾਂ ਕੀ ਬਈ 3 ਓਵਰ ਰਵੀ 39 ਸਕੋਰ ਹੋ ਗਏ ਕਰਮੀ ਬਾਲੀ ਹੈ ਮਹਿੰਗਾ ਪੈਣਾ ਛੱਡਿਆ ਕੈ ਜਿਹੜਾ ਉਹ ਮਹਿੰਗਾ ਪੈਣਾ ਪੱਖੋਂ ਦੀ ਟੀਮ ਵੀ ਕਹਿੰਦੇ ਜ਼ੋਰ ਲਾ ਰਹੀ ਹੈ
ਜਿੱਤ ਕੇ ਉਹ ਜਾਣਗੇ ਜਿਹੜਾ ਤਕੜਾ ਖੇਡ ਗਿਆ ਅੰਡਰ ਪ੍ਰੈਸ਼ਰ। ਹਜੇ ਧਰਤੀ ਕਿਵੇਂ ਡਾਨਿਆ ਨਹੀਂ ਰਹੀ ਹੈ, ਉਸ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਮੁੰਡਾ ਕਿਵੇਂ ਪੱਖੋਂ ਦੀ ਧਰਤੀ ਦਾ ਉਹ ਤਿਆਰ ਬਣ ਤਿਆਰ ਹੈ ਲੈ ਵੀ ਅਮਰਤਾ ਉਹ ਝੀਰ ਵਾਲੇ ਭਰਾ ਕਿਵੇਂ ਲਾਨ ਕੇ ਬੋਲਦੇ ਆ ਵੀ ਰਿਵਰਸ ਛੱਕਾ ਦੇ ਵਾਜੇ ਤੇ 500 ਦੇ ਵੱਡੇ ਮਾਣ ਕੀਤੇ ਜਾਣਗੇ। ਚੌਕਾ ਵੀ ਵੱਜ ਗਿਆ ਤਾਂ ਵੀ 500 ਦਿੱਤਾ ਰਹੇਗਾ ਸਾਹਮਣੇ ਵੇਖਦਾ ਬਾਲ ਪਾਉਣ ਦੇ ਲਈ ਫਿਰ ਖਿਡਾਰੀ ਕਿਵੇਂ ਤਿਆਰ ਬਣ ਤਿਆਰ ਹੈ ਇੱਧਰ ਦੇ ਪਾਸੇ ਅੰਮ੍ਰਿਤ ਹੈ ਆਇਆ 200 200 200 200 ਉਹ ਸ਼ਾਹ
ਨੇ ਕੈਚ ਵੀ ਛੱਡਿਆ ਤੇ ਦੋ ਜੁੜ ਗਿਆ, ਦੋ ਜੁੜ ਗਿਆ। ਅਮਰਤ ਨੇ ਕਹਿੰਦੇ ਦੋ ਰਨ ਦਾ ਜਿਹੜਾ ਵਾਅਦਾ ਕਰਤਾ ਆਪਣੀ ਟੀਮ ਦੇ ਲਈ। ਮੈਂ ਵੀ ਜਿੰਦਰਾ ਜੋ ਉਹਦੇ ਸ਼ਹਿਰ ਦੇ ਵਿੱਚ ਰੌਣਕ ਹੈ, ਮਾਨਸੇ ਦੇ ਵਿੱਚ ਰੌਣਕ ਹੈ, ਜਿਹਨੇ ਕਦੇ ਗੀਤਾਂ ਦੇ ਵਿੱਚ ਗੱਲਾਂ ਕੀਤੀਆਂ ਵੀ ਅੱਖ ਦਾ ਤਜਰਬਾ ਕਿਲ ਨਾਲ ਦਾ, ਚੁੱਪ ਫੱਟੇ ਤੇ ਗੱਡੇ ਕਿਲ ਨਾਲ ਦਾ। ਅੱਗੇ ਕਹਿੰਦੇ ਸ਼ੁਭਦੀਪ ਸਿੱਧੂ ਦੀਆਂ ਯਾਦਾਂ ਨੇ ਹਾਊ ਸਾਹਮਣੇ ਕਹਿੰਦੇ ਅੱਜ ਉਹਨਾਂ ਦੇ ਪਿੰਡਾਂ ਦੇ ਵਿੱਚ, ਉਹਦੇ ਸ਼ਹਿਰ ਦੇ ਵਿੱਚ ਰੌਣਕਾਂ ਜਿਹੜੀਆਂ ਵੱਡੀਆਂ ਵੀ ਨਫ਼ਰਤ ਵਾਲੀਆਂ ਗੋਲੀਆਂ ਪਾੜ ਜਾਂਦੀਆਂ ਪੱਖੀਆਂ ਨੂੰ, ਕਿੱਥੇ ਲਕੋਲਣ ਮਾਵਾ ਪੁੱਤਾਂ ਦੀਆਂ ਤਰਕੀਆਂ ਨੂੰ, ਕਿ ਜਲ ਬੜੀ ਹੈ ਦੁਨੀਆ ਰੁਤਬੇ ਰਾਸ ਨਾ ਆਉਂਦੇ ਨੇ। ਸ਼ਰਤ ਵਾਲਿਆਂ ਦੇ ਹਿੱਸੇ ਸਾਹ ਕੁਝ ਖਾਸ ਹੀ ਆਉਂਦੇ ਨੇ, ਸ਼ਰਤ ਵਾਲਿਆਂ ਦੇ ਹਿੱਸੇ ਸਾਹ ਕੁਝ ਖਾਸ ਹੀ ਆਉਂਦੇ ਨੇ। ਸਕੋਰ ਦੱਸੋ ਜੀ ਕਿੰਨੇ ਆ? 50 ਹੋ ਗਏ। 53 53 53 53 53 ਸਕੋਰ ਜਿਹੜੇ ਬਣ ਗਏ ਆ। ਹਰਸ਼ਿਤ ਦੰਦੀਆ ਲਵੀਰ ਸਾਡਾ ਮੇਰੇ ਤੇ ਅਨਿਲ ਖੜੌਦੀ ਦੇ ਵੀ ਬਹੁਤ ਵੱਡਾ ਮਾਣ, 500 ਦੇ ਵੱਡੇ ਬਾਜੇ ਦੇ ਦਿਲ ਦੇ ਕਰਦਾ ਭਰਾ ਸਾਡਾ ਹਰਸ਼ਿਤ ਦੰਦੀਆ, ਵੱਡਾ ਸਤਿਕਾਰ ਹੈ ਕਿਤੇ ਵੀਰ ਸਾਡੇ ਦਾ। ਲੁਧਿਆਣੇ ਤੱਕ ਧਾਕਾ ਨੇ ਜੱਟਾਂ ਦੇ ਫਾਈਰੀ ਚਲਾ ਦਿਓ ਮੈਚ ਤੇ 53 ਸਕੋਰ ਜਿਹੜੇ ਬਣ ਗਏ ਹੈ ਖੇਡ ਦੇ ਮੈਦਾਨ ਦੇ ਵਿੱਚ। ਹਾਲੇ ਓਵਰ 4 ਹੋਰ ਹੋਣੇ ਹੈ। ਲਵੀ ਤਵਾਰਿਆ ਕਹਿ ਰਹੇ ਮੁੰਡਿਆਂ ਨੂੰ ਵੀ ਸਮਾਂ ਸਮਾਂ ਸਮਰੱਥ ਹੈ, ਸਮੇਂ ਸਮੇਂ ਦਾ ਮੰਗਲਾ, ਜਿੱਦਾਂ ਦੀਆਂ ਮੱਝਾਂ ਉਦਾਂ ਦੇ ਸੰਗਲ ਹੈ। ਆਓ ਪਿੰਡੀ ਵਾਲ ਇਧਰਲੇ ਪਾਸੇ ਹਰ ਖੋਲੇ ਕਿਹੜੇ ਨੌਜਵਾਨ ਲਓ, ਸਭ ਨੇ ਕੋਸ਼ਿਸ਼ ਕੀਤੀ ਹੈ ਪਰ ਬਾਲ ਜਿਹੜੀ ਵਨ ਅਪ ਦਾ ਫੈਸਲਾ ਜਿਹੜਾ ਉਹ ਮੀਰਪੁਰੀਆ ਫੈਸਲੇ ਕਰਦਾ ਹੈ। ਮੀਰਪੁਰ ਦੀ ਟੀਮ ਦਾ ਵੀ ਕਹਿੰਦੇ ਇਸੇ ਇਲਾਕੇ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਚਰਚੇ ਕਰਵਾਏ, ਬੜੀ ਖੇਡ ਦਾ ਸਦਕਾ ਮੁੰਡਿਆਂ ਨੇ ਕਹਿੰਦੇ ਧੰਨ ਧੰਨ ਕਰਵਾਈ ਹੈ, ਦੁਨੀਆ ਜਾਣਦੀ ਹੈ ਮੇਰੇ ਮਿੱਤਰੋ। ਪਰ ਸਾਹਮਣੇ ਬਾਲ ਪਾਉਣ ਨੂੰ ਵੀ ਫਿਰ ਮੁੰਡਾ ਕਹਿੰਦੇ ਪੱਖੋ ਵਾਲਾ ਜਿਹੜਾ ਤਿਆਰ ਵਰ ਤਿਆਰ ਹੈ। ਟੱਕਰ ਇਧਰਲੇ ਪਾਸੇ ਦੇਖਾਂਗੇ ਗੋਲਡੀ ਦੇ ਨਾਲ, ਇੱਕ ਪਾਸੇ ਗੋਲਡੀ ਹੈ, ਤਜਰਬੇਕਾਰ ਖਿਡਾਰੀ ਹੈ ਮੇਰੇ ਮਿੱਤਰੋ। ਆਓ ਸਾਹਮਣੇ ਪੈਂਦੀ ਬਾਲ, ਗੋਲਡੀ ਗੋਲਡੀ ਗੋਲਡੀ, ਆਓ ਸਾਹਮਣੇ ਹੁਕਮਾ ਵਾਲੀ ਦਾ ਚਾਰ ਜੋੜ ਗਿਆ। ਫਿਰ ਗਰੀਬ ਪਰਮਾਤਮਾ ਪਾਣੀ ਲੈ ਦਿਓ, ਉੱਥੇ ਯਾਰ ਭੱਜ ਗਏ ਮੇਰਾ ਟਰੈਕ ਤੇ ਵੱਜਿਆ ਪੈਰ। ਦੇਖ ਜਾਂਦੇ ਚੱਲ ਵੀ ਜਨਤਾ ਇੱਕ ਅੱਧਾ ਚੱਕ ਕੇ ਲਿਆਉਣਗੇ, ਫਿਰ ਕਰੇ ਪਰਮਾਤਮਾ। ਡਾਕਟਰ ਸੇਵ ਸਿੰਘ ਕਿੱਥੇ ਹੈ? ਫਸਟ ਏਡ ਦੀ ਸੇਵਾ ਵੀ ਜਿਹੜੀ ਉਪਲਬਧ ਹੈ, ਬਹੁਤ ਵੱਡਾ ਧੰਨਵਾਦ ਹੈ। ਪਾਣੀ ਛਕਾਓ ਬਾਈ, ਫਿਲਟਰ ਹੋਰ ਖੜ ਲਓ ਇੱਕ, ਉਹ ਬਾਈ ਨੂੰ ਸ਼ਾਮੇ ਲਿਆਓ। ਮੈਚ ਚਲਾ ਦਾਂਗੇ ਆਪਾਂ।
ਵੈਸੇ ਲੈ ਕੇ ਉੱਡ ਗਿਆ ਕਹਿੰਦਾ ਕਰੀਏ ਦੀ ਸ਼ਬਦ ਨੇ ਜੀ ਬਿੱਲੇ ਦਾ ਵੀ ਧੰਨਵਾਦ ਆ ਥੋੜੇ ਸਮੇਂ ਚ ਉਹਨੇ ਵੀ ਪਹੁੰਚ ਜਾਣਾ ਹੈ ਵੀਰਾ ਸਾਡਾ ਬਿੱਲਾ ਕਿਹੜੇ ਝਨੀਰ ਵਾਲਾ ਗੰਗਣ ਬਿੱਲਾ ਵੱਡੇ ਬਿੱਲੇ ਦੇ ਕਹਿੰਦੇ ਚਾਤੇ ਕ੍ਰਿਕਟ ਦੇ ਵਿੱਚ ਹੁੰਦੇ ਹੈ ਨਾਲ ਸਭ ਦੇ ਪ੍ਰਭਾਵ ਪਾਉਂਦੇ ਨੇ ਕੁਲਵਿੰਦਰ ਫਿਰ ਕਿਹੜੇ ਤਿਆਰ ਬਾ ਤਿਆਰ ਇਧਰ ਦੇ ਪਾਸੇ ਵੇਖਦੇ ਹੈ ਗੋਲੀ ਉਹ ਵੇਖਦੇ ਖੇਡ ਦੇ ਮੈਦਾਨ ਦੇ ਵਿੱਚ ਟਰਾਈ ਫੇਰ ਬੰਦੀ ਕਰਦਾ ਹੈ ਇੱਕ ਸਕੋਰ ਦਾ ਜਿਹੜਾ ਵਾਧਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਕਹਿੰਦੇ ਜੋਰ ਦਿੱਤਾ ਮੁੰਡੇ ਨੇ ਸਿੰਗਲ ਦੇ ਨਾਲ ਕਹਿੰਦੇ ਸੰਤੁਸ਼ਟੀ ਕਰਨੀ ਪੈਣੀ ਹੈ ਅੱਠ ਓਵਰ ਦਾ ਕਹਿੰਦੇ ਮੁਕਾਬਲਾ ਹੈ ਤੇ ਮੁੰਡੇ ਕਹਿੰਦੇ ਡੱਬੀ ਆਉਂਦੇ ਹੈ ਲਾਓ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਖਿਡਾਰੀ ਜਿਹੜਾ ਤਿਆਰ ਬਰ ਤਿਆਰ ਹੈ ਲੰਮੇ ਮੈਚ ਠੰਡਾ ਹੀ ਰਹਿੰਦਾ ਸ਼ਾਬਾ ਲੱਗਦਾ ਲੰਮੇ ਮੈਚ ਹੀ ਪਤਾ ਇੱਧਰ ਹੋ ਗਿਆ ਮੈਚ ਇੱਕ ਓਵਰ ਬਾਅਦ ਇੱਧਰ ਹੋ ਗਿਆ ਇੱਧਰ ਹੋ ਗਿਆ ਇੱਧਰ ਹੋ ਗਿਆ ਇੱਧਰ ਹੋ ਗਿਆ ਪੰਜ ਪੰਜ ਓਵਰ ਵਾਲੇ ਇੱਕ ਪਾਸੇ ਜਿੱਧਰ ਨੂੰ ਕਿਹੜਾ ਢਲ ਗਿਆ ਢਲ ਗਿਆ ਰੋਹਿਤ ਆ ਗਿਆ ਪੈਂਹਠ ਹੋ ਗਏ ਪੰਜ ਓਵਰ ਪੈਂਹਠ ਹੋ ਗਏ ਅੰਮ੍ਰਿਤ ਦੇ 27 ਆ ਗੋਲਡੀ ਦੇ 37 ਸੀਗੇ ਉਹਦੀ ਵਿਕਟਾਂ ਨਹੀਂ ਹੈਗੀਆਂ ਮਗਰੂ ਕੱਢਾਂਗੇ ਆਪਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚਾਰ ਨੇ
ਬਾਈ ਬੋਲਰ ਨੇਮ ਦੱਸੀ ਰਵੀ ਫੈਸਲੇ ਵਾਈਡ ਬਾਲ ਦੇ ਹੈ, ਬਾਲ ਜਿਹੜੀ ਉਹ ਵਾਈਡ ਹੋ ਗਈ ਹੈ,
ਰਵੀਜਿੰਦਰ ਕਿੰਨੇ ਦਾ ਟਾਰਗੇਟ ਸੈੱਟ ਕਰਦੀ ਟੀਮ ਜਿਹੜੀ ਹੁਕਮਾਂ ਵਾਲੀ ਦੀ, ਮੁੰਡੇ ਕਿੰਨੇ ਜ਼ੋਰ ਲਾਉਂਦੇ ਆ। ਗਰਮੀ ਵੀ ਜਿਹੜੀ ਜ਼ਿਆਦੇ ਹੈ, ਪਰ ਦੇਖਦੇ ਹਾਂ ਵੀ ਗਰਮੀ ਦੇ ਵਿੱਚ ਵੀ ਜ਼ੋਰ ਜਿਹੜਾ ਉਹ ਮੁੰਡਿਆਂ ਦਾ ਕਿੰਨੇ ਲੱਗਾ ਹੋਇਆ। ਜਿਹੜੇ ਤਕੜਾ ਖੇਡਣਗੇ ਜਿੱਤ ਕੇ ਉਹ ਜਾਣਗੇ। ਬਾਲ ਪਾਉਣ ਦੇ ਲਈ ਕਿੰਨੇ ਪੱਖੋ ਵਾਲਾ, ਫਿਰ ਜਿਹੜਾ ਤਿਆਰ ਬਰ ਤਿਆਰ ਹੈ, ਕਦੇ ਧਨੌਲਾ ਕਦੇ ਹੰਡਾਇਆ ਤੇ ਕਦੇ ਪੱਖੋ ਦੇ ਚਰਚੇ ਹੁੰਦੇ ਆ। ਮੁੰਡੇ ਕਹਿੰਦੇ ਬਰਨਾਲੇ ਵਾਲੇ, ਇੱਕ ਪਾਸੇ ਫਤਿਹਬਾਦ ਤੇ ਦੂਜੇ ਪਾਸੇ ਕਹਿੰਦੇ ਬਰਨਾਲਾ। ਟੱਕਰ ਵੱਡੀ, ਟੱਕਰ ਵੱਡੀ, ਟੱਕਰ ਵੱਡੀ, ਵੱਖਰ ਹੈ। ਛੇ ਓਵਰ ਦੱਸੋ ਜੀ ਕਿੰਨੇ ਰਨਾਂ ਹੈ? 83। ਛੇ ਓਵਰ 83 ਹੋ ਗਏ, 83 83 83 ਛੇ ਓਵਰ ਦੇ 83 ਸਕੋਰ ਬਣ ਗਏ। ਠੱਕਰ ਤੇ ਦੇਣ ਮੈਚ ਜੀ ਦਾ ਕਾਲਾ ਵਾਲੀ ਪਿੰਡ, ਕਾਲਾ ਵਾਲੀ ਪਿੰਡ, ਕਾਲਾ ਵਾਲੀ ਪਿੰਡ ਤੇ ਠੱਕਰ ਝੰਡਾ ਬੋਲਰ ਨੇ ਦੱਸੀ ਕਾਸ਼ੀ ਬੋਲਰ ਨੇ ਪੂਰੇ ਬਣ ਗਏ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ। ਕਦੇ ਜਗਮਗਦੇ 1984 ਦੇ ਜੂਨ ਬਠਿੰਡਾ, ਬੜਾ ਇਤਿਹਾਸ ਕਹਿੰਦੇ ਜਿਹੜਾ ਪੰਜਾਬ ਦਾ ਮੇਰੇ ਮਿੱਤਰੋ। ਤਾਂ ਸਾਹਮਣੇ ਦੇ ਪਾਸੇ ਵਾਧਾ ਹੋਇਆ ਹੋਇਆ ਵੀ ਪੱਖੋ ਵਾਲੇ ਮੁੰਡੇ ਨੂੰ ਥੋੜੀ ਸੱਟ ਵੀ ਲੱਗੀ ਹੈ। ਸਾਰੇ ਖਿਡਾਰੀਆਂ ਦੇ ਉੱਪਰ ਜਿੱਦਾਂ ਹੱਸਦੇ ਖੇਡਦੇ ਆਏ ਤੇ ਉਹਦੇ ਘਰਾਂ ਨੂੰ ਜਿਹੜੇ ਵਾਪਸ ਜਾਣ ਤਾਂ ਉਹ ਸਾਹਮਣੇ ਵਾਲ ਫਿਰ ਪੈਂਦੇ ਹੈ। ਅੰਮ੍ਰਿਤ ਕਹਿੰਦੇ ਤਿਆਰ ਹੈ ਮੇਰੇ ਮਿੱਤਰੋ, ਹੁਕਮਾ ਬਲੀ ਦੀ ਕਹਿੰਦੇ ਧਰਤੀ ਦਾ ਹੈ, ਫਿਰ ਜਾਨਦਾਰ ਹਿੱਟ ਕਹਿੰਦੇ ਖੇਡ ਗਿਆ ਹੈ। ਦੋ ਸਕੋਰ ਦਾ ਹੋਰ ਵਾਧਾ ਕਰ ਦਿੱਤਾ ਹੈ। ਇਹ ਵੀ ਹੁਕਮਾਲੀ ਵਾਲਿਆ, 100 ਤੋਂ ਪਲੱਸ ਬਣਾਉਣੇ ਪੈਣੇ ਹੈ। ਓਵਰ 8 ਹੈ, ਦੇ ਪੁਆਇੰਟ ਤੇ ਛੱਕਾ ਮਾਰਦਾ ਹੈ ਤੇ 500 ਰੁਪਏ ਰਹੇਗਾ। ਲਓ ਸਾਹਮਣੇ ਅੰਮ੍ਰਿਤ ਖੇਡ ਦੇ ਮੈਦਾਨ ਦੇ ਵਿੱਚ 1-2 ਪਰ ਸਿੰਗਲ ਹੀ ਹੈ। ਇੱਕ ਸਕੋਰ ਜਿਹੜਾ ਆਪਣੀ ਟੀਮ ਦੇ ਲਈ ਖਿਡਾਰੀ ਨੇ ਜਿਹੜਾ ਜੋੜ ਦਿੱਤਾ ਹੈ, ਗੁਰਚਰਨ ਫੱਤਾ ਸਾਊਂਡ, ਬਹੁਤ ਵੱਡੀ ਦੇਣ ਅੱਜ ਦੇ ਵੱਡੇ ਖੇਡ ਮੇਲੇ ਦੇ ਲਈ। ਬਹੁਤ ਵੱਡਾ ਧੰਨਵਾਦ ਕਰਦੇ ਹਾਂ ਪੰਜਾਬ ਦੇ ਵੱਡੇ ਮੇਲੇ ਦੀ। ਕਹਿੰਦੇ ਜਿਹੜੀ ਚੋਟੀ ਦੀ ਸਾਊਂਡ ਹੈ ਗੁਰਚਰਨ ਫੱਤਾ
ਬਹੁਤ ਵੱਡਾ ਧੰਨਵਾਦ ਕਰਦੇ ਹਾਂ ਵੀਰ ਨੇ ਸਾਡੇ ਉਹ ਪਹੁੰਚੇ ਹੋਏ ਆ ਸਾਹਮਣੇ ਪੈਂਦੀ ਬਾਲ ਇਧਰਲੇ ਪਾਸੇ ਰੋਹਿਤ ਬੱਲੇ ਬੱਲੇ ਕਰਵਾ ਗਿਆ ਲਾਡੀ ਸਾਡਾ ਵੀਰ ਹੈ ਕਿਤੇ ਯੂਕੇ ਦੇ ਵਿੱਚ ਰਹਿੰਦਾ ਹੈ ਉਹ ਭਰਾਰੇ ਵੱਲੋਂ 6 ਛੱਕੇ ਤੇ 11,000 ਦਿੱਤਾ ਜਾਵੇਗਾ ਪਹਿਲਾਂ ਵੱਜ ਗਿਆ ਜੇ 2 ਹੋਰ ਬਈਦੇ 1100 ਤੇ 5 ਹੋਰ ਬਈਦੇ ਫਿਰ 11,000 ਆਓ ਸਾਹਮਣੇ ਜੀਰੋ ਹੀ ਘਟਣੀ ਹੈ ਪਰ ਰਕਮ ਦਾ ਬਹੁਤ ਫਰਕ ਪੈ ਜਾਂਦਾ ਹੈ ਬਾਲ ਪਾਉਣ ਦੇ ਲਈ ਖਿਡਾਰੀ ਤਿਆਰ ਬਣ ਤਿਆਰ ਹੈ ਦੂਜਾ 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 ਬਜੂਰਾ ਨਹੀਂ ਪਰ ਮੈਨੂੰ ਲੱਗਦਾ ਭਾਜੀ ਦਾ ਆਪਣੀ ਟੀਮ ਦੇ ਲਈ ਕਹਿੰਦੇ ਜੋੜਦੇ ਮੁੰਡੇ ਨੇ 7 ਓਵਰ ਸੁੱਟੇ ਲਾ ਰਿਹਾ ਹੈ ਇਹ ਤੋਂ ਬਾਅਦ ਬੰਦਾ ਨੇ ਲਾਸਟ ਪੈਣਾ ਹੈ ਤੇ 7 ਓਵਰ ਦੱਸੋ ਜੀ ਕਿੰਨੇ ਰਨ ਹੈ 98 ਬਣ ਗਏ ਜਿੰਨਾ ਪੈਟਰੋਲ ਦਾ ਰੇਟ ਹੈ 98 ਬਣ ਗਏ ਹਰਿਆਣਾ ਚ ਮੈਨੂੰ ਲੱਗਦਾ ਵਾਧਾ ਹਨ ਲਓ ਸਾਹਮਣੇ ਲਾਸਟ ਓਵਰ 7 ਓਵਰਾਂ ਦੀ ਖੇਡ ਜਿਹੜੀ ਉਸ ਸਮਾਪਤ 98 ਸਕੋਰ ਜਿਹੜੇ ਬਣ ਗਏ ਹੁਕਮਾਂ ਵਾਲੀ ਦੀ ਟੀਮ ਦੇ ਲਓ ਸਾਹਮਣੇ ਕਹਿੰਦੇ ਅਮਰਤ ਤਿਆਰ ਬਣ ਤਿਆਰ ਵੀ ਆ ਕਹਿੰਦੇ ਖਿਡਾਰੀ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਵੇਖੋ ਪਾਟੀਆਂ ਸ਼ਿੰਗਾਰੀਆਂ ਲੱਗਣਾ ਮੈਦਾਨ ਵਿੱਚ ਜੋਰ ਅੱਡੀ ਚੋਟੀ ਦਾ ਬੰਦਾ ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਇਸ਼ਕ ਖੇਡ ਵੱਡੀ ਦਾ ਵੱਡੀ ਖੇਡ ਆ ਵੱਡਾ ਮੇਲਾ ਮੇਰੇ ਮਿੱਤਰੋ ਦਾਨੀਆਲ ਦੀ ਧਰਤੀ ਜਿਵੇਂ ਮਾਨਸੇ ਦੇ ਵਿੱਚ ਲਾਸਟ ਓਵਰ ਤੇ ਲਾਸਟ ਦੀ ਪਹਿਲੀ ਬਾਲ ਤੇ ਮੁੰਡੇ ਨੇ 2 ਜੋੜਦੇ ਆ ਦੋ ਰਨ ਜਿਹੜੇ ਆਪਣੀ ਟੀਮ ਦੇ ਲਈ ਅਮਰਤ ਨੇ ਕਿੰਨੇ ਜੋੜ ਦਿੱਤੇ ਆ 5 ਬਾਲਾਂ ਦੀ ਖੇਡ ਜਿਹੜੀ ਬਾਕੀ ਆ 5 ਦੇ ਵਿੱਚ ਲੈ ਵੀ ਅਮਰਤ ਉਹ ਖੜਕਾ ਲੜਕਾ ਮੰਗਦੇ ਆ ਲੋਕ ਖੜਕਾ ਲੜਕਾ ਚਾਹੀਦਾ ਲੈ ਵੀ ਜਿੰਦਰ ਕਹਿ ਰਹੇ ਮੁੰਡੇ ਨੂੰ ਵੀ ਤਾਰ ਤਾਰ ਹੋਣੀ ਚਾਹੀਦੀ ਹੈ ਤਾਰ ਹੋਣੀ ਚਾਹੀਦੀ ਹੈ ਹੁਣ 5 ਰਹਿੰਦੀਆਂ 5 ਤੇ 5 ਦੇ ਵਿੱਚੋਂ 3 ਦੇ ਲਈ ਤਾਰ ਛੱਕੇ ਵੱਜਦੇ ਆ ਤੇ ਚਾਂਦੀ ਵੀ ਜਾਣ ਪਾ ਰਹੇ ਤੇ 3 ਛੱਕੇ ਲਗਾਤਾਰ ਉਹ ਚਾਂਦੀ ਵੀ ਚਾਰ ਪਰ ਰਿਵਰਸ ਹੋ ਕੇ ਛੱਕਾ ਬੱਜੂ ਮੇਰੇ ਵੱਲੋਂ ਬੱਲੇ 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 ਉਹ ਭਾਈ ਮੁੰਡੇ ਦੀ ਖੇਡ ਕਿੱਦਾਂ ਲੱਗੀ ਤਾੜੀਆਂ 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 ਜ਼ੋਰਦਾਰ ਉਹ ਸਾਹਮਣੇ ਤਾੜੀਆਂ ਤਾੜੀਆਂ ਜ਼ੋਰਦਾਰ ਤਾੜੀਆਂ ਉਹ ਵੱਡਾ ਮਾਨ ਵੀ ਕੀਤਾ ਜਾਣਾ ਅੱਜ ਦਾਨਿਆਲੀਏ ਦੇ ਵੱਲੋਂ ਆਉ ਸਾਹਮਣੇ ਉਧਰਲੇ ਪਾਸੇ ਵੱਡੇ ਮਾਨ ਪੁੱਜ ਗਿਆ ਆਉ ਬੱਲੇ ਬੱਲੇ ਕਰਵਾਤੀ ਅਮਰਤ ਦੇ ਆਉ ਸਾਹਮਣੇ ਮੁੰਡਾ ਫਿੱਟ ਲੱਗਦਾ ਮੁੰਡਾ ਹਰਿਆਣੇ ਵਾਲਾ ਉਹ ਫਿੱਟ ਲੱਗਦਾ ਮੁੰਡਾ ਹਰਿਆਣੇ ਵਾਲਾ ਉਹ ਫਿੱਟ ਲੱਗਦਾ ਪਰ ਸਾਹਮਣੇ 1 ਉਧਰਲੇ ਪਾਸੇ 2 ਜੁੜ ਗਿਆ 2 ਰਨ ਜਿਹੜੇ ਜੁੜ ਗਏ ਆ 2 ਰਨ ਦਾ ਜਿਹੜਾ ਵਾਧਾ ਕਰਦਾ ਨੋਈਵਾਲ ਦੇ ਅਮਰਤ ਹੈ ਖੇਡ ਦੇ ਮੈਦਾਨ ਦੇ ਵਿੱਚ ਹੁਕਮਾਂ ਵਾਲੀ ਦੀ ਧਰਤੀ ਲਓ ਸਾਹਮਣੇ ਫਤਿਹਵਾਲ ਦੀ ਧਰਤੀ ਜ਼ਿਲ੍ਹਾ ਫਤਿਹਵਾਲ ਪੈਂਦਾ ਦਾ ਖਿਡਾਰੀਆਂ ਦਾ ਲਓ ਬਾਲ ਪਾਉਣ ਦੇ ਲਈ ਫਿਰ ਮੁੰਡਾ ਕਹਿੰਦੇ ਪੱਖੋ ਦੀ ਧਰਤੀ ਦਾ ਜਿਹੜਾ ਤਿਆਰ ਬਰ ਤਿਆਰ ਹੈ ਟੱਕਰ ਕਹਿੰਦੇ ਅਮਰਤ ਦੇ ਨਾਲ ਹੋ ਟੱਕਰ ਅਮਰਤ ਦੇ ਨਾਲ ਬੱਲੇ 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 ਚਾਂਦੀ ਦੀ
ਮੈਦਾਨ ਭਾਰਿਆਂਗੇ ਹਾਊਸਾਂ ਦੇ ਸਾਹਮਣੇ ਜੇ ਦੋ ਬਾਲਾਂ ਦੇ ਛੱਕੇ ਦੋ ਹੋਰ ਬਾਲ ਦੇ ਚਾਂਦੀ ਦੀ ਤੈਨ ਪਾ ਕੇ ਬੱਡੇ ਵਾਲ ਕੀਤੇ ਜਾਣਗੇ ਮੇਰੇ ਮਿੱਤਰੋ ਇਹ ਅੰਮ੍ਰਿਤਾ ਕਹਿੰਦੇ ਹੋ ਹੰਬਲੀ ਦੀ ਧਰਤੀ ਦਾ ਫੱਕਰ ਝੰਡਾ ਪੀਰ ਬਾਬਾ ਬਲੈਸ਼ਾਂ ਦੀ ਉਹ ਧਰਤੀ ਹੈ ਬੜੀ ਪਾਵਨ ਤੇ ਪਵਿੱਤਰ ਧਰਤੀ ਦੇ ਮੁੰਡੇ ਜਿਹੜੇ ਚੱਲ ਕੇ ਆਏ ਮਾੜੀ ਫੱਕਰ ਝੰਡੇ ਵਾਲਾ ਵੀਰ ਨੇ ਸਾਡੇ ਨਾਲ ਨਿਰੰਜਨ ਵਰਗੇ ਪਰ ਸਾਹਮਣੇ ਖੜਕਾ ਦਰਕਾ ਮੁੰਡੇ ਕਹਿੰਦੇ ਹੁਕਮਾਂ ਵਾਲੀ ਵਾਲੇ ਉਹ ਕਰ ਗਏ ਹੈ ਦੱਸੋ ਜੀ ਕਿੰਨੇ ਦਾ ਟਾਰਗੇਟ ਜਿਵੇਂ ਵੈਸਟ ਇੰਡੀਜ਼ ਦੀ ਟੀਮ ਹੋਵੇ ਸਾਰੇ ਹੀ ਛੱਕਿਆਂ ਵਾਲੇ ਹੈ ਕਿੰਨੇ ਦਾ ਟਾਰਗੇਟ ਵੀ 121 ਬਣ ਗਏ ਕਰਨੇ ਹੈ 120 ਬਣ ਗਏ 151 ਬਈ ਜਾਦਨ ਲੈਣੀ ਨਾ ਬਸ ਗਰਮੀ ਬਹੁਤ ਹੈ ਕੋਲੇ ਪੱਖਾ ਚੱਲੇ ਨਾ ਬੰਦ ਕਿਤੇ ਤੇ ਨਹੀਂ ਭਰੇ ਇਹਨਾਂ ਨੇ ਅੱਛਾ ਗੁੱਸਾ ਮੰਨ ਗਿਆ ਗੁੱਸਾ ਮੰਨ ਗਿਆ ਹੋਰ ਬੰਦਾ ਭੇਜੀਏ ਇੱਥੇ ਆ ਨੀ ਭੇਜ ਦਿੱਤਿਆ ਖੜਾ ਪਿਆ ਫੜਾ ਕੇ ਬੋਲਿਆ ਇੱਥੇ ਆਉਣਾ ਕੋਈ ਜਲਦੀ ਨਹੀਂ ਹੋਣਾ ਫਿਰ ਫੁੱਟਬਾਲ ਦੀ ਟੀਮ ਲਾਓ ਦੀ ਫੀਲਡਿੰਗ ਜਲਦੀ ਨਾਲ ਉਹਦਾ ਪੈਰ ਫੁੱਟਬਾਲ ਵਾਲੀ ਫੀਲਡਿੰਗ ਨਾਲ ਦੇ ਕਾਰਨ ਵੀ ਪਿੰਡ ਦੀ ਟੀਮ ਦਾ ਪਲੇਅਰ ਆ ਕੇ ਟਾਸ ਕਰੋ ਜੀ ਲੈ ਵੀ ਨੋਟਿੰਗ ਕਰਾ ਲਓ ਟਾਸ ਗੱਲ ਕੀ ਹੈ ਆਪਣੇ ਪਿੰਡ ਪਿੰਡ ਦੀ ਦੋ ਵਾਰ
ਗੱਡੀ ਬੋਲੀ ਜਾਂਦੀ ਟੋਸ ਕਰਾ ਦੋ ਝੰਡੇ ਵਾਲਿਆਂ ਖਾਧਾ ਪੀਤਾ ਹੀ ਹਜ਼ਮ ਕਰਿਆ ਗੱਡੀ ਨਾ ਹੋਏ ਤਾਂ ਵੀ ਮਰੀ ਚਾਹ ਮੰਗਾਣੀ ਕੀ ਬਣਾਈ ਨਾਮ ਕਿੰਨਾ ਦਾ ਫਾਸਟ ਫਾਸਟ 17,000 ਤੇ 10,000 ਪਹਿਲਾ ਮੈਚ ਚੱਲਦੇ ਮੋਬਾਈਲਾਂ ਤੇ ਕਲਾ ਕਰਦੀਏ ਮੈਂ ਸ਼ੁਰੂ 120 ਬਣੇ ਆ 121 ਦਾ ਟਾਰਗੇਟ ਹੈ ਆਪਣੀ ਟੀਮ ਦੇ ਲਈ ਫੁੱਟਬਾਲ ਵਾਲਿਆ
ਰੀਮਸ ਟੀਰੇ ਹੋਣਾ ਬਣ ਕੇ ਖੜ ਪਾਈ ਜਾਂਦਾ ਹਾਂ ਸਿੱਧਾ ਖੜਦੇ ਪਾਈ ਕਹਿੰਦੇ ਵੀ ਮੈਚ ਬਹੁਤ ਜ਼ਰੂਰੀ ਹੈ ਬਾਲ ਪਾਉਂਦੇ ਨਹੀਂ ਫੇਰ ਟਾਰਗੇਟ ਵੱਡੇ ਟਾਰਗੇਟ ਦਾ ਪਿੱਛਾ ਕਰਦੀ ਟੀਮ ਤਿੰਨ ਦੀ ਹੈ ਖਾਲੀ ਸਕਦਾ ਬੰਦਾ ਕੱਲ ਵੀ ਖੜਾ ਸੀ ਝੰਡੇ ਵਾਲਾ ਵੀ ਤੁਹਾਡੇ ਬਾਹਰ ਘੇਰੇ ਦੇ ਲਾਇਆ ਲਾਈ ਰੱਖਿਆ ਫਿਲਟਰ ਯਾਰ ਚਲੋ ਤੁਹਾਡੇ ਪਲੇਅਰ ਦੇ ਸੱਟ ਲੱਗੀ ਆ ਠੀਕ ਹੈ ਜਿੰਦਰ ਪਲੇਅਰ ਸੱਜੇ ਇੱਕ ਪਲੇਅਰ ਸਕੋਰ ਬੋਰਡ ਤੇ ਆਦੇ ਵੀ ਪੱਖੋ ਦੀ ਟੀਮ ਦਾ ਪੱਖੋ ਕੇ ਬੋਰਡ ਦਾ ਕਿ ਖਿਡਾਰੀ ਜਿਹੜਾ ਸਕੋਰ ਬੋਰਡ ਤੇ ਜ਼ਰੂਰ ਆ ਰਵੇ ਲਓ ਪੈਂਦੀ ਬਾਲ ਇਧਰ ਦੇ ਪਾਸੇ ਕਾਸ਼ੀ 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 ਔਰ ਖੜੇ ਆ ਖੇਡ ਦੇ ਬਰਾਬ ਦੇ ਵਿੱਚ ਔਰ ਟੱਕਰ ਦੇ ਦੀ ਚੋਟੀ ਵੀ ਆ ਘਾਟ ਫਿਰ ਦੇ ਵਿੱਚ ਸਣੀ ਗੋਲ ਦਾ ਕਾਸ਼ੀ ਹੁੰਦਾ ਬੜਾ ਬੰਦਾ ਵੇਖ ਰਹੇ ਆ ਖੇਡ ਬਰਾਬ ਦੇ ਅੰਦਰ ਕਿੱਦਾਂ ਦਾ ਰੋਲ ਅਦਾ ਕਰਦਾ ਮੇਰੇ ਵੀਰੋ ਮੈਚ ਜਿਤਾਉਣ ਦੇ ਲਈ 121 ਦਾ ਟਾਰਗੇਟ ਆ ਝੜਗੀ ਸਰੀਰਾਂ ਨਾਲੋਂ ਕੰਡ ਮਿੱਤਰੋ ਅੱਜ ਅੱਧਿਆਂ ਦੀ ਝੜਗੀ ਹੈ ਅੱਧਿਆਂ ਦੀ ਝੜ ਜਾਣੀ ਹੈ ਆਓ ਸਾਹਮਣੇ ਪੈਂਦੀ ਬਾਲ ਅੰਮ੍ਰਿਤ ਹੁਕਮਾਂ ਵਾਲੀ ਦੀ ਧਰਤੀ ਦਾ ਆਓ ਸਾਹਮਣੇ ਚੋਟੀ ਦੀ ਬਾਲ ਪਾਈ ਹੈ ਸਿੰਗਲ ਆਪਣੀ ਟੀਮ ਦੇ ਲਈ ਪੱਖੋ ਵਾਲਾ ਕਹਿੰਦੇ ਕਾਸ਼ੀ ਜੋੜ ਗਿਆ ਇੱਕ ਰਨ ਆਪਣੀ ਟੀਮ ਲਈ ਜੋੜ ਗਿਆ 121 ਦਾ ਕਹਿੰਦੇ ਪਹਾੜ ਜਿਹੜਾ ਟਾਰਗੇਟ ਆ ਤੇ ਪਿੱਛਾ ਕਰਦੀ ਹੈ ਟੀਮ ਜਿਹੜੀ ਉਹ ਪੱਖੋ ਦੀ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਫਤਿਹਗੜ੍ਹ ਜ਼ਿਲ੍ਹਾ ਦੂਜੇ ਪਾਸੇ ਕਹਿੰਦੇ ਬਰਨਾਲਾ ਦੋਨੋਂ ਟੀਮਾਂ ਦਾ ਕਹਿੰਦੇ ਜੋੜ ਜਿਹੜਾ ਬਰਾਬਰ ਦਾ ਲੱਗਣਾ ਮੁਕਾਬਲੇ ਦੇ ਵਿੱਚ ਅੰਮ੍ਰਿਤ ਕਹਿੰਦੇ ਬਾਲ ਪਾਉਣ ਦੇ ਲਈ ਫਿਰ ਜਿਹੜਾ ਤਿਆਰ ਵਰ ਤਿਆਰ ਹੈ ਟੱਕਰ ਕਹਿੰਦੇ ਪੱਖੋ ਵਾਲੇ ਮੁੰਡੇ ਦੇ ਨਾਲ ਆਓ ਸਿਰੇ ਦੀ ਹੈ ਦੋਨੋਂ ਟੀਮਾਂ ਚੋਟੀ ਦੀਆਂ ਆਓ ਪੈਂਦੀ ਬਾਲ ਅੰਮ੍ਰਿਤ ਦੀ ਆਓ ਸਾਹਮਣੇ ਚੋਟੀ ਦੀ ਬਾਲ ਪਈ ਹੈ ਲੈ ਜਿੰਦਰ ਮੁੰਡਾ ਚੋਟੀ ਚੋਟੀ ਦੀਆਂ ਪਾਉਂਦਾ ਹੈ ਉਹਨੂੰ ਪਤਾ ਵੀ ਮੈਚ ਸੈਮੀ ਫਾਈਨਲ ਹੈ ਇੱਥੋਂ ਜਿੱਤਣਾ ਬੜਾ ਜ਼ਰੂਰੀ ਹੈ ਇੱਥੋਂ ਜਿੱਤਣਾ ਕਹਿੰਦੇ ਬੜਾ ਜ਼ਰੂਰੀ ਹੈ ਕਿਉਂਕਿ ਫਿਰ ਫਾਈਨਲ ਆ ਫਿਰ ਮੁੰਡੇ ਦੇ ਦਰਵਾਜ਼ੇ ਤੇ ਪਹੁੰਚ ਜਾਣਾ ਆਓ ਸਾਹਮਣੇ ਵੇਖਾਂਗੇ ਬਾਲ ਪਾਉਣ ਦੇ ਵੀ ਖਿਡਾਰੀ ਕਹਿੰਦੇ ਵਾਧਾ ਹੋਇਆ ਸਾਹਮਣੇ ਇੱਧਰਲੇ ਪਾਸੇ ਪੱਖੋ ਕੇ ਪਿੰਡਾਂ ਕਹਿੰਦੇ ਖਿਡਾਰੀ ਦਾ ਸਾਹਮਣਾ ਕਰਦੇ ਵੀ ਕਹਿੰਦੇ ਤਿਆਰ ਬਰ ਤਿਆਰ ਹੈ ਉਹ ਮੁੰਡੇ ਕਹਿੰਦੇ ਫਾਈਨਲ ਦੇ ਲਈ ਆ ਮੁੰਡੇ ਕਹਿੰਦੇ ਫਾਈਨਲ ਦੇ ਲਈ ਸੰਘਰਸ਼ ਕਰਦੇ ਮੇਰੇ ਮਿੱਤਰੋ ਉੱਧਰਲੇ ਪਾਸੇ ਬੜੀ ਜਾਨਦਾਰ ਕਹਿੰਦੇ ਬਾਲ ਪਾਈ ਹੈ ਵਾਹ ਫੁੱਟਬਾਲੀ ਵਾਲਿਆ ਢਿੱਲੜੀ ਦੇਣੀ ਚਾਹੁੰਦੇ ਹੁੱਕਬਾਲੀ ਵਾਲੇ ਉਹਨਾਂ ਨੂੰ ਪਤਾ ਹੈ ਵੀ ਜਿਆ ਜਿੱਤ ਗਏ ਫਿਰ ਫਾਈਨਲ ਮੇਰੇ ਮਿੱਤਰੋ ਬਾਲ ਪਾਉਣ ਦੇ ਲਈ ਖਿਡਾਰੀ ਫਿਰ ਜਿਹੜਾ ਤਿਆਰ ਬਰ ਤਿਆਰ ਹੈ ਵੀ ਥਾਂ ਥਾਂ ਤੇ ਝੂਠ ਹੈ ਡਿੱਗਦਾ ਤੇ ਡਿੱਗਿਆ ਕਰੇ ਸੱਚ ਨਹੀਂ ਹੀਰੇ ਦੀਆਂ
ਰੀਸਾ ਮਿੱਤਰੋ ਹਾਏ ਕਰਦਾ ਕਰੇ ਕੱਚ ਨਹੀਂ ਫਾਇਦਾ ਲੈ ਜਾਂਦੇ ਲੋਕੀ ਦਿੱਤੀ ਹੋਈ ਢਿੱਲ ਦੇ ਬਈ ਪਿਸਟਲ ਤੇ ਢਿੱਲ ਬਜਾਰੋ ਹਉ ਜਿਗਰੇ ਨਾ ਮਿਲਦੇ ਬਈ ਹਉ ਪਰ ਜਿਗਰੇ ਨਾ ਮਿਲਦੇ ਬਈ ਪਿਸਟਲ ਤਾਂ ਮਿਲਣ ਬਜਾਰੋ ਪਰ ਜਿਗਰੇ ਨਾ ਮਿਲਦੇ ਬਈ ਬਾਕੀ ਕਹਿੰਦੇ ਜਿਗਰੇ ਦਾ ਇੱਥੇ ਪਤਾ ਲੱਗਦਾ ਗਰਾਊਂਡ ਦੇ ਵਿੱਚ ਦਲੇਰੀਆਂ ਦਾ ਪਤਾ ਲੱਗਦਾ ਘਰੇ ਬੈਠੇ ਕਹਿੰਦੇ ਹਰੇਗੀ ਹਉ ਸਟਾਰ ਹੁੰਦੇ ਆ ਪਰ ਪਤਾ ਇੱਥੇ ਲੱਗਦਾ ਹਉ ਸਾਹਮਣੇ ਪੈਂਦੀ ਬਾਲ ਹੈਡ ਸਿੰਗਲ ਕਹਿੰਦੇ ਕਾਸ਼ੀ ਨੇ ਆਪਣੀ ਟੀਮ ਦੇ ਲਈ ਜਿਹੜਾ ਜੋੜ ਦਿੱਤਾ ਪਹਿਲੇ ਸੈਮੀ ਫਾਈਨਲ ਅਜੇ ਕਹਿੰਦੇ ਦਾਨੇ ਵਾਲੇ ਦੇ ਅੰਡਰ ਦੇ ਖੇਡ ਮੇਲੇ ਦਾ ਖੇਡਿਆ ਜਾ ਰਿਹਾ ਹੈ ਪਹਿਲਾ ਪ੍ਰਾਈਜ਼ ਵੀ ਕਹਿੰਦੇ ਵੱਡਾ ਦਿੱਤਾ ਜਾਣਾ ਹੈ ਪ੍ਰਬੰਧ ਵੀ ਵੱਡੇ ਕੀਤੇ ਹੋਏ ਹੈ ਇਹ ਪ੍ਰਬੰਧਕੀ ਕਮੇਟੀ ਦੀ ਸੋਚ ਹੈ ਤੇ ਸੋਚ ਨੂੰ ਕਹਿੰਦੇ ਸਲਾਮਾਂ ਹੁੰਦੀਆਂ ਓਵਰ ਸਮਾਪਤ ਦੱਸੋ ਜੀ ਲੇਖਾ ਜੋਖਾ ਇੱਕ ਓਵਰ ਦੀ ਸਮਾਪਤੀ ਕਿੰਨੇ ਬਣ ਗਏ ਚਾਰ ਉਧਰ ਬੱਬੂ ਸਾਡਾ ਵੇਖ ਰਿਹਾ ਹੈ ਬਹੁਤ ਵੱਡਾ ਯੋਗਦਾਨ ਹੈ ਇਹ ਖੇਡ ਮੇਲੇ ਲਈ 2100 ਦੀ ਸਾਈਜ਼ ਰਾਸ਼ੀ ਦੇ ਨਾਲ ਜਿਹੜਾ ਹੈ ਖੇਡ ਮੇਲੇ ਦੇ ਵਿੱਚ ਪਾਇਆ ਬੱਬੂ ਵੀ ਵੀਰ ਦਾ ਕਹਿੰਦੇ ਧੰਨਵਾਦ ਹੈ ਵੀਰਾ ਸਾਡਾ ਬਹੁਤ ਵੱਡਾ ਮਾਣ ਪਿਆਰ ਜਿਹੜਾ ਪਹੁੰਚਣਾ ਕੀਤਾ ਹੈ ਦਿਲੋਂ ਸਤਿਕਾਰ ਕਰਦੇ ਨਾ ਵੀਰਾ ਦਾ ਗੋਲਡੀ ਬਾਲਰ ਨੇ ਦੱਸੀ ਬੜ ਚੜ ਕੇ ਕਹਿੰਦੇ ਹਿੱਸਾ ਪਾਇਆ ਮੇਰੇ ਮਿੱਤਰੋ ਚਾਰ ਸਕੋਰ ਬਣ ਗਿਆ ਪਹਿਲਾ ਓਵਰ ਜਿਹੜਾ ਸਮਾਪਤ ਹੈ ਦੂਜੇ ਦੀ ਸ਼ੁਰੂਆਤ ਹੈ ਮੁੰਡਾ ਹੁੱਕ ਮਾਰੀ ਧਰਤੀ ਦਾ ਪਾਲ ਪਾਉਣ ਦੇ ਲਈ ਕਹਿੰਦੇ ਵਾਧਾ ਹੋਇਆ ਇੱਧਰ ਦੇ ਪਾਸੇ ਬੱਲੇ 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 ਉਹ ਪਹਿਲੀ ਵਾਰ ਤੋਂ ਵਿਕਟ ਦਾ ਜਿਹੜਾ ਪਤਨ ਹੋ ਗਿਆ ਹੈ ਖੇਡ ਮੈਦਾਨ ਦੇ ਵਿੱਚ ਪਰ ਸਾਹਮਣੇ ਨਾਲ ਦੇਖਾਂਗੇ ਫੈਸਲੇ ਜਿਹੜੇ ਹੋਣਗੇ ਚਾਰ ਕੇ ਛੇ ਸਕੋਰ ਆਪਣੀ ਟੀਮ ਦੇ ਲਈ ਕਹਿੰਦੇ ਖਿਡਾਰੀ ਨੇ ਜਿਹੜੇ ਜੋੜ ਦਿੱਤੇ ਆ ਪੱਖੂ ਦੀ ਟੀਮ ਵੀ ਕਹਿੰਦੇ ਮੰਨੀ ਪਰਵਿੰਦੀ ਹੈ ਮੁੰਡੇ ਕਹਿੰਦੇ ਹੁਕਮਾਂ ਬਾਜੀ ਦੇ ਵੀ ਫਿੱਟ ਲੱਗਦੇ ਆ ਚੋਟੀ ਦੀ ਟੱਕਰ ਦੋਨੋਂ ਟੀਮਾਂ ਦੇ ਦਰਮਿਆਨ ਵੀ ਅੜੋ ਤੜੀ ਪੈਂਦੇ ਜਦੋਂ ਉਹ ਪੇਚੇ ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ ਅਗਲਾ ਵੀ ਇੱਕ ਜਾਂਦੀ ਕੱਤੀ ਖਿਡਾਰੀ ਜਲਦੀ ਦੇ ਨਾਲ ਮੁੰਡੇ ਪੱਖੋ ਵਾਲੇ ਕਹਿੰਦੇ ਆਓ ਸਾਹਮਣੇ ਡਿਕਟ ਆਊਟ ਕਰਤੀ ਉਹਨੂੰ ਜੀ ਕਰਦੇ ਹੋ ਸਨਮਾਨ ਉਹਦਾ ਅਸੀਂ ਕਿੰਨੇ ਪਾਣੀ ਵਿੱਚ ਸਾਨੂੰ ਜਾਣਦਾ ਕੋਈ ਜਹਾਨ ਜਿੱਤੀ ਦੇ ਮੈਦਾਨ ਬਾਕੀ ਮਿਹਨਤਾਂ ਦੇ ਨਾਲ ਮੈਦਾਨ ਦਿੱਤੇ ਜਾਂਦੇ ਆ
ਗੋਲ ਗੱਪੇ ਖਾ ਕੇ ਨਹੀਂ ਕਦੇ ਮੈਦਾਨ ਜਿੱਤੇ ਜਾਂਦੇ, ਮਿਹਨਤਾਂ ਕਰਨੀਆਂ ਪੈਂਦੀਆਂ, ਖੁਰਾਕਾਂ ਖਾਣੀਆਂ ਪੈਂਦੀਆਂ। ਆਓ ਸਾਹਮਣੇ ਮੁੰਡਾ ਕਹਿੰਦੇ ਪੱਖੋਂ ਚਾਰ, ਆਓ ਸਾਹਮਣੇ ਦੇਖਾਂਗੇ ਤੀਜੇ ਦੀ ਕੋਸ਼ਿਸ਼ ਹੈ, ਪਰ ਦੋ ਜੁੜ ਗਏ ਆ, ਦੋ ਸਕੋਰ ਆਪਣੀ ਟੀਮ ਦੇ ਲਈ ਖਿਡਾਰੀ ਨੇ ਜਿਹੜੇ ਜੋੜ ਦਿੱਤੇ, ਦੋ ਦਾ ਜਿਹੜਾ ਵਾਧਾ ਕਰ ਦਿੱਤਾ ਆਪਣੀ ਟੀਮ ਦੇ ਲਈ, 121 ਸਕੋਰ ਦਾ ਟਾਰਗੇਟ ਦਾ ਜਿਹੜਾ ਪਿੱਛਾ ਕਰਦੀ ਟੀਮ ਕਹਿੰਦੇ ਪੱਖੋਂ ਦੀ, ਅੱਜ ਕਹਿੰਦੇ ਧਰਤੀ ਕਹਿੰਦੇ ਦਾਨਿਆਂ ਲਈ ਦੀ ਹੈ, ਵੱਡੇ ਵੱਡੇ ਖਿਡਾਰੀਆਂ ਨੂੰ ਜਨਮ ਦੇਣ ਵਾਲੀ ਧਰਤੀ ਮੇਰੇ ਮਿੱਤਰੋ। ਜਿਵੇਂ ਮਾਨਸੀ ਦੀ ਗੱਲ ਹੋਵੇ, ਵੱਡੇ ਵੱਡੇ ਫਨਕਾਰ ਪੈਦਾ ਕੀਤੇ ਕਹਿੰਦੇ ਇਸ ਇਲਾਕੇ ਨੇ, ਇਸ ਸ਼ਹਿਰ ਨੇ। ਉਹ ਪੈਂਦੀ ਬਾਲ, ਉਹ ਪੀਵੀ ਕੱਤੀ ਵਾਲਾਂ ਦੀ ਤੱਕ ਦੁਨੀਆਂ ਦੇ ਵਿੱਚ ਇਧਰਲੇ ਪਾਸੇ। ਆਓ ਸਾਹਮਣੇ ਕਰਦੀ ਕਮਾਲ ਮੁੰਡੇ ਨੇ, ਆਓ ਸਾਹਮਣੇ ਹੁਕਮਾਂ ਵਾਲੀ ਦੀ ਧਰਤੀ ਦਾ ਮੁੰਡਾ ਕਹਿੰਦੇ ਬੱਲੇ ਬੱਲੇ ਕਰਵਾ ਗਿਆ, ਜੈਜਾ ਬੈਜਾ ਕਰਵਾ ਗਿਆ। ਪੱਖੋਂ ਵਾਲਾ ਖਿਡਾਰੀ ਕਹਿੰਦੇ ਇੱਕ ਹੋਰ ਗੜਾਊਟ ਹੋ ਕੇ ਵਾਪਸ ਗਰਾਊਂਡ ਦੇ ਵਿੱਚੋਂ ਬਾਹਰ। ਬਾਲਰ ਦੇ ਵੀ ਜਿਹੜੇ ਚਾਂਦੀ ਦੀ ਮੁੰਡੀ ਜਿਹੜੀ ਦਿੱਤੀ ਜਾ ਰਹੀ ਹੈ, ਜਿਹੜੇ ਮੁੰਡੇ ਨੂੰ ਧੋਵਰ ਪਾ ਚਾਂਦੀ ਦੀ ਮੁੰਡੀ ਪਾ ਕੇ ਕਰੋ ਸਨਮਾਨ। ਉਸੇ ਰਾਹ ਤੇ ਉਸੇ ਲੀਹਾਂ ਤੇ ਚੱਲ ਕੇ ਆ ਮੁੰਡੇ ਜਿਹੜੇ ਜੋ ਤੱਕ ਪਹੁੰਚ ਗਏ, ਫੇਰ ਜਿਹੜੇ ਪਰਮਾਤਮਾ ਦੀ ਆਹ ਸਾਹਮਣੇ ਵੇਖ ਰਹੇ ਆ। ਬਾਲਕਾਂ ਦੇ ਫਿਰ ਪਾਉਂਦ ਨੂੰ ਗੱਭਰੂ ਜਿਹੜਾ ਤਿਆਰ ਹੈ ਮੈਚ ਵੀ ਚੋਕੇ ਦਾ, ਤੇ ਦੋ ਬਲ ਦੱਸੋ ਵੀ ਕਿਵੇਂ ਰਹਿਣਾ ਹੈ। 12 ਦੋ ਬਲ ਤੇ 12 ਬਣ ਗਏ ਨਵੀਂ ਪੱਖੋ ਵਾਲਿਆਂ। ਮੈਨੂੰ ਲੱਗਦਾ ਵੀ 7:30 ਵਜੇ ਦੇ ਆਏ ਹੋਏ ਹੋ ਤੇ ਹੋ ਜੋ ਫਿੱਟ। ਅੰਮ੍ਰਿਤ ਬਾਲ ਪਾਉਣ ਦੇ ਲਈ ਜਿਹੜਾ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ, ਆਹ ਬਾਲ ਤੇ ਫਿਕਟ ਵੀ 200 ਦੀ, ਆਹ ਬਾਲ ਤੇ ਛੱਕਾ ਵੀ 200 ਦਾ, ਤੇ ਬਾਹਰੋਂ ਕੈਚ ਵੀ 200 ਦਾ ਆਹ ਬਾਲ ਤੇ। ਆਓ ਸਾਹਮਣੇ ਵੇਖਦੇ ਅੰਮ੍ਰਿਤ ਬਾਲ ਪਾਉਣ ਦੇ ਲਈ ਤਿਆਰ ਬਲ ਤਿਆਰ ਹੈ। ਬੱਲੇ 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 ਉਹ ਫਸ ਗਿਆ, ਛੱਕਾ ਦਾ ਤਿਆਰ ਹੈ ਜੀ। ਚਾਰ ਜੁੜ ਗਏ, ਚਾਰ ਦਾ ਬੜਾ ਵਾਧਾ ਹੋ ਚੁੱਕਿਆ ਹੈ ਖੇਡ ਦੇ ਮੈਦਾਨ ਦੇ ਵਿੱਚ। ਹੈਪੀ ਦਾ ਵੀ ਧੰਨਵਾਦ ਹੈ, ਯੂਕੇ ਵਾਲਾ ਵੀਰ ਆਈਆਂ ਦਾ ਵੀ ਘਾਟੇ ਵਾਧੇ ਕਰ ਦਿਆਂਗੇ ਪੂਰੇ, ਗੱਲ ਹੀ ਕੋਈ ਨੀ। ਮੇਲਾ ਪਿੰਡ ਦਾ ਆਓ ਸਾਹਮਣੇ ਬਾਲ ਫੇਰ ਪੈਂਦੀ ਹੈ ਅੰਮ੍ਰਿਤ ਦੀ ਖੇਡ ਦੇ ਮੈਦਾਨ ਦੇ ਵਿੱਚ। ਚਾਰ ਸਕੋਰ ਦਾ ਜਿਹੜਾ ਵਾਧਾ ਹੋ ਚੁੱਕਿਆ ਹੈ, ਮੈਚ ਕਦੇ ਕਮਾਲ ਦਾ ਹੈ ਜਿੱਤਣ ਦੇ ਮੁੰਡੇ। ਆਓ ਮੈਂ ਵੀ ਹਰਾਉਂਦੀ ਵਾਲਾ ਸੰਘਰਸ਼ ਕਰ ਰਿਹਾ ਹੈ, ਲਓ ਸਾਹਮਣੇ ਕਿੰਨੇ ਸੰਘਰਸ਼ ਕਰਦੇ ਆ ਪਰ ਜਿੱਤ ਕੇ ਉਹ ਜਾਣਗੇ। ਜਿਹੜੇ ਤਕੜਾ ਖੇਡ ਗਿਆ ਸੀ ਕਹਿੰਦੇ ਦਾਨਿਆਂ ਦੇ ਖੇਡ ਗਰਾਊਂਡ ਦੇ ਵਿੱਚ, ਬਾਲ ਪਾਉਣ ਦੇ ਲਈ ਫਿਰ ਮੁੰਡਾ ਕਹਿੰਦੇ ਅੰਮ੍ਰਿਤ ਤਿਆਰ ਵਰ ਤਿਆਰ ਹੈ। ਨਵੀਂ ਨਕੋਰ ਉਮਰ ਮੁੰਡੇ ਦੀ ਬਹੁਤ ਚੜ੍ਹਦੀ ਜਵਾਨੀ ਹੈ, ਬਹੁਤ ਪੈਂਦੀ ਬਾਲ ਪੱਖੋਂ ਵਾਲਾ ਪਰ ਬਾਲ ਜਿਹੜੀ ਨੋ ਹੋ ਗਈ ਹੈ, ਬਾਲ ਜਿਹੜੀ ਨੋ ਹੋ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ। ਦੋਨੋਂ ਟੀਮਾਂ ਕਹਿੰਦੇ ਜ਼ੋਰ ਲਾ ਰਹੀਆਂ, ਅੱਜ ਜਿੱਤ ਕੇ ਉਹ ਜਾਣਗੇ ਲੈ ਵੀ ਬੀ ਕੇ ਬੰਸਲ, ਜਿਹੜੇ ਤਕੜਾ ਖੇਡ ਗਏ ਅੰਡਰ ਪ੍ਰੈਸ਼ਰ। ਆਓ ਸਾਹਮਣੇ ਜੀ ਬੀ ਕੇ ਬੰਸਲ ਵੀ ਆਇਆ, ਸਰਦੂਲੇ ਵਾਲੇ ਦਾ ਸਾਡਾ ਯਾਰ ਹੈ, ਬਹੁਤ ਵਾਲੇ ਮੁੰਡੇ ਵੀ ਆਏ ਹੋਏ ਹੈ, ਅੱਜ ਵੱਡੀ ਸਪੋਰਟ ਹੈ ਡਾਨੇ ਵਾਲੀਆਂ ਨੂੰ। ਆਓ ਸਾਹਮਣੇ ਕਹਿੰਦੇ ਅੰਮ੍ਰਿਤ ਬਾਲ ਪਾਉਣ ਦੇ ਲਈ ਫਿਰ ਜਿਹੜਾ ਤਿਆਰ ਵਰ ਤਿਆਰ ਹੈ, ਟੱਕਰ ਵੱਡੀ ਦੋਨੋਂ ਟੀਮਾਂ ਦੇ ਦਰਮਿਆਨ, ਪੱਖੋਂ ਵਾਲਾ ਚੋਬਰ ਤਿਆਰ ਹੈ ਇਧਰਲੇ ਪਾਸੇ ਅੰਮ੍ਰਿਤ ਦੀ ਬਾਲ ਸਵਾਦ ਵੱਖਰਾ ਹੈ। ਆਓ ਸਾਹਮਣੇ ਕਹਿੰਦੇ ਤਾਰ ਕਰਵਾ ਰਹੀ ਹੈ ਮੁੰਡਾ ਕਹਿੰਦੇ ਪੱਖੋਂ ਦੀ ਧਰਤੀ
ਡਿਸੀਜਨ ਦੱਸੇ ਜੀ ਕਾਲਿਆਂ ਵਾਲੀ ਪਿੰਡ ਫੱਕਰ ਝੰਡੇ ਦੀ ਟੀਮ ਜਿਹੜੀ ਉਹ ਪੁੱਛ ਕੇ ਗਈ ਹੈ ਵੀ ਡਿਸੀਜਨ ਜਿਹੜਾ ਜ਼ਰੂਰ ਦੱਸ ਦਈਏ ਆਪਾਂ ਬੋਲਿੰਗ ਜਾਂ ਬੈਟਿੰਗ ਦੋਨੋਂ ਟੀਮਾਂ ਜਿਹੜੀਆਂ ਚੌਥੀ ਦੀ ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ ਦੋ ਟੀਮਾਂ ਦਾ ਕਹਿੰਦੇ ਦੂਜਾ ਸੈਮੀ ਫਾਈਨਲ ਇਹ ਟੀਮਾਂ ਵੀ ਜਿਹੜੀਆਂ ਰੈਡੀ ਰਹਿਣ ਅੱਜ ਦੇ ਦਾਨਿਆਲ ਦੇ ਖੇਡ ਗਰਾਊਂਡ ਦੇ ਵਿੱਚ ਪਹਿਲਾ ਸੈਮੀ ਫਾਈਨਲ ਖੇਡਿਆ ਜਾ ਰਿਹਾ ਹੈ ਅਮਰ ਦੂਜੀ ਬਾਲ ਪੈ ਰਹੀ ਹੈ ਇਧਰਲੇ ਪਾਸੇ ਆਓ ਸਾਹਮਣੇ ਦੇਖਾਂਗੇ ਰਨ ਜਿਹੜੇ ਛੇ ਜੁੜ ਗਏ ਛੇ ਜੁੜ ਗਏ ਹੈ ਛੇ ਰਨ ਦਾ ਜਿਹੜਾ ਵਾਅਦਾ ਕਰਦਾ ਲੈ ਵੀ ਜਿੰਦਰ ਛੇ ਜੁੜ ਗਏ ਆਓ ਛੇ ਦੇ ਜੋਰ ਦਿੱਤੇ ਮੁੰਡੇ ਨੇ ਆਪਣੀ ਟੀਮ ਦੇ ਲਈ ਛੇ ਸਕੋਰ ਦਾ ਬੜਾ ਵਾਅਦਾ ਕਰ ਦਿੱਤਾ ਹੈ ਸਕੋਰ ਬੋਰਡ ਕੇ ਨੇ ਚਲਾਤਾ ਹੈ ਤੇ ਪਹਿਲਾ ਫੇਰਾ ਕਿਤੇ ਕਰਾ ਦਿੱਤੀ ਹੈ ਉਧਰ ਬਹੁਤ ਵੱਡਾ ਮਾਣ ਪਿਆਰ ਜਿਹੜਾ ਹੈ ਹਰਸ਼ ਦੰਦੀ ਵਾਲ ਵੀਰ ਸਾਹਿਬ ਕੋਈ ਦਾ ਕਰਦਾ ਧੰਨਵਾਦ ਹੈ ਕਿਵੇਂ ਭਰਾਵਾ ਆਓ ਸਕੋਰ ਦਾ ਹੋ ਬਹੁਤ ਵੱਡਾ ਧੰਨਵਾਦ ਹੈ ਹਰਸ਼ ਦੰਦੀਵਾਲ ਵੀਰ ਸਾਡਾ ਵੱਡੇ ਮਾਣ ਦੇ ਪੁੱਜਦੇ ਕਰ ਗਿਆ ਮਾਂ ਬੋਲੀ ਪੰਜਾਬੀ ਦੇ ਬੋਲਾਂ ਤੋਂ ਖੁਸ਼ ਹੋ ਕੇ ਪਰਮਾਤਮਾ ਮਿਹਰ ਕਰੇ ਇਹ ਭਰਾ ਨੇ ਸਾਡੇ ਜਿਹੜੇ ਪਿਆਰ ਕਰਦੇ ਨੇ ਦੰਦੀਵਾਲ ਦੇ ਮੁੰਡਿਆਂ ਦਾ ਵੀ ਬਹੁਤ ਵੱਡਾ ਜਿਹੜਾ ਧੰਨਵਾਦ ਹੈ ਆਓ ਸਾਹਮਣੇ ਅਮਰ ਤਬਾਹ ਪਾਉਣ ਦੇ ਲਈ ਫਿਰ ਜਿਹੜਾ ਤਿਆਰ ਵਰ ਤਿਆਰ ਹੈ ਆਓ ਟੱਕਰ ਚੋਟੀ ਦੀ ਮੇਰੇ ਮਿੱਤਰੋ ਧਰਤੀ ਕਹਿੰਦੇ ਮਾਨਸਾ ਦੀ ਪੱਖੋ ਵਾਲਾ ਪੱਖੋ ਵਾਲਾ ਪੱਖੋ ਵਾਲਾ ਪੱਖੋ ਪੱਖੋ ਵਾਲਾ ਆਓ ਜਾਂਦਾ ਯੂਕੇ ਵਾਲਾ 200 ਦੇ ਤੇ ਆਓ ਜਾਂਦਾ ਯੂਕੇ ਵਾਲਾ 200 ਦੇ ਤੇ ਹੈਪੀ ਹੈ ਭਰਾ ਸਾਡਾ ਮੋਟੂ ਫੌਜੀ ਸਾਡਾ ਵੀਰ ਹੈ ਨਾਲ ਕਹਿੰਦੇ ਗੁਰਵਿੰਦਰ ਫੌਜੀ ਇਹਨਾਂ ਮੁੰਡਿਆਂ ਦਾ ਕਹਿੰਦੇ ਧੰਨਵਾਦ ਜਿਹੜੇ ਭਰਾਵਾਂ ਦੇ ਕਹਿੰਦੇ ਰੋਲ ਵੱਡੇ ਦੇ ਮੇਲੇ ਲਈ ਜਿਹੜੇ ਸਨਮਾਨ ਕੀਤੇ ਜਾ ਰਹੇ ਆ ਮੋਟੂ ਫੌਜੀ ਸਾਡਾ ਵੀਰ ਤੇ ਨਾਲ ਗੁਰਵਿੰਦਰ ਸਾਡਾ ਭਰਾ ਕਹਿੰਦੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਆਓ ਸਾਹਮਣੇ ਪਾਲ ਪਾਉਂਦੇ ਵੀ ਕਹਿੰਦੇ ਨੌਜਵਾਨ ਜਿਹੜਾ ਤਿਆਰ ਬਣ ਤਿਆਰ ਉਹ ਅੰਮ੍ਰਿਤਾ ਕਹਿੰਦੇ ਅੰਮ੍ਰਿਤ ਮੇਰੇ ਮਿੱਤਰੋ ਪਾਲ ਪਾਉਂਦੇ ਵੀ ਵਾਧਾ ਹੋਇਆ ਸਾਹਮਣੇ ਕਹਿੰਦੇ ਪੱਖੋ ਵਾਲਾ ਮੁੰਡਾ ਕਹਿੰਦੇ ਖੋਮਰੇ ਵਿੱਚ ਆ ਛੱਕੇ ਤੇ ਛੱਕੇ ਇਧਰਲੇ ਪਾਸੇ ਆ ਗਿਆ ਉਹ ਫਰੇ ਮੁੰਡੇ ਦੀ ਖੇਡ ਕਿੱਦਾਂ ਲੱਗੀ
ਦੇ ਮੁੰਡੇ ਨੇ ਸੰਤਾਲੀ ਹੋ ਗਏ ਮੁੰਦਰੀ ਦਾ ਮੈਂ ਸੁਣਿਆ ਨਾ ਤੂੰ ਦੇ ਗਈ ਗਿਆਰਾਂ ਨੂੰ ਇਹ ਮੁੰਦਰੀਆਂ ਦੇ ਰਿਹਾ ਮੁੰਡੇ ਤਾਨੇ ਵਾਲੀਏ ਆਓ ਸੁਣੋ ਸੰਤਾਲੀ ਬਣ ਗਿਆ ਚਮਕੌਰ ਸਾਹਿਬ ਆਇਆ ਲਓ ਸਾਹਮਣੇ ਮੁੰਡੇ ਨੇ ਕਹਿੰਦੇ ਪਹਿਲੀ ਵਾਰ ਤੇ ਉਂਗਲ ਜਿਹੜੀ ਖੜੀ ਕੀਤੀ ਹੈ ਵੀ ਹੱਥ ਖੜਾ ਜਿੱਤ ਦਾ ਨਿਸ਼ਾਨ ਹੁੰਦਾ ਹੈ ਉਂਝ ਆਪਣੇ ਤੇ ਸਾਰਿਆਂ ਨੂੰ ਮਾਣ ਹੁੰਦਾ ਹੈ ਹੁਕਮਬਾਰੀ ਦਾ ਨੌਜਵਾਨ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਹੈ ਉਧਰ ਅਮਨਾ ਵੀ ਆ ਗਿਆ ਵੀਰ ਸਾਡਾ ਝਨੀਰ ਤੋਂ ਕਹਿੰਦੇ ਹੁਣੇ ਹੁਣੇ ਆਇਆ ਹੈ ਧੰਨਵਾਦ ਹੈ ਇਹ ਵੀਰ ਨੇ ਸਾਡੇ ਮੈਂ ਵੀ ਸੁਮਨ ਅਮਨ ਵੀ ਆ ਗਿਆ ਆਓ ਬਾਲ ਪਾਉਣ ਦੇ ਲਈ ਫਿਰ ਧੰਨਵਾਦ ਹੈ ਉਧਰ ਬਿੱਲਾ ਝਨੀਰ ਵੀ ਪਹੁੰਚ ਗਿਆ ਤਾੜੀਆਂ ਮਾਰਦੇ ਜ਼ੋਰਦਾਰ ਤੇ ਗਾਣਾ ਭਰਾ ਸਾਡੇ ਦਾ ਕਹਿੰਦੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਸ਼ੇਰ ਬੰਦਾ ਬਿੱਲਾ ਸੋਚਣਾ ਵੀ ਹੈ ਗਾਣਾ ਕਾਹਦਾ ਤੇ ਚਪੇੜੇ ਗਿਆ ਵੱਡਾ ਸਤਿਕਾਰ ਗਗਨ ਬਿੱਲਾ ਕਹਿੰਦੇ ਝਨੀਰ ਵਾਲਾ ਵੀਰ ਸਾਡਾ ਇਹਨਾਂ ਪਿੰਡਾਂ ਦਾ ਕਹਿੰਦੇ ਮਾਣ ਹੈ ਤੇ ਵੀਰਾ ਕਹਿੰਦੇ ਵਿਛੇ ਤੌਰ ਤੇ ਪੁੱਜ ਗਿਆ ਦਿਲੋਂ ਦਵਾਬਾ ਵੀਰ ਸਾਡੇ ਦੇ ਲਈ ਡੈਬੀ ਸੌਂਗ ਕਹਿੰਦੇ ਕਿਰਤਾ ਮੁੰਡੇ ਨੇ ਤੇ ਅਗਲੇ ਸਫ਼ਰ ਦੇ ਲਈ ਦਵਾਬਾ ਬਈ ਕਹਿੰਦੇ ਕੀ ਹਿਸਾਬ ਕਿਤਾਬ ਹੈ ਕਿੰਨੀਆਂ ਬਾਰਾਂ ਹੋ ਗਿਆ ਕਿੰਨੀਆਂ ਬੇਟਾ ਹੋ ਗਿਆ ਕਿੰਨੇ ਖਿਡਾਰੀ ਹੋ ਤੁਸੀਂ ਅੱਠ ਜਾਣੇ ਆਏ ਹਾਂ ਮੈਚ ਬੰਦ ਕਰਦਾ ਮੀਟਿੰਗ ਸੋਹਣੀ ਆਉਂਦੀ ਹੈ ਤੁਹਾਡੀ ਬਾਲ ਪਾਉਣ ਦੇ ਲਈ ਫਿਰ ਖਿਡਾਰੀ ਕਹਿੰਦੇ ਤਿਆਰ ਦੇ ਤਿਆਰ ਹੈ ਡਾਨੇ ਵਾਲੀ ਅਮਨ ਵੀ ਕਹਿੰਦੇ ਪਹੁੰਚਿਆ ਹੋਇਆ ਹੈ 500 ਦੀ ਡੀਲ ਕਰਦਾ ਹੈ ਬਹੁਤ ਵੱਡਾ ਧੰਨਵਾਦ ਹੈ ਡਾਨੇ ਵਾਲੀ ਅਮਨ ਵੀਰ ਸਾਡਾ ਝਨੀਰ ਜਾ ਕੇ ਆਇਆ ਹੈ ਤੇ ਡੀਲ ਜੀਤੀ ਹੈ 500 ਦੀ ਪਰ ਉੱਥੇ ਸੁੱਖੀ ਵਾਲੀਆਂ ਨੂੰ ਜਾਣਾ ਪਿਆ ਹੈ ਮਸਲਾ ਜਿਹੜਾ ਹੈ ਜੁਗਨੂ ਸਰਪੰਚ ਭੇਜ ਕੇ ਆਇਆ ਹੈ ਆਓ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਜਿਹੜਾ ਤਿਆਰ ਦੇ ਤਿਆਰ ਬਈ ਕਾਲੇ ਵਾਲੀ ਦੀ ਟੀਮ ਦੇ ਡਿਸੀਜਨ ਦਾ ਦੱਸੋ ਆਪਣਾ ਚਾਰ ਆਪਣੀ ਟੀਮ ਦੇ ਲਈ ਕਹਿੰਦੇ ਚਾਰ ਦਾ ਜਿਹੜਾ ਵਾਅਦਾ ਕਰਤਾ ਨੌਜਵਾਨ ਦੇ ਮੁੰਡਾ ਪੱਖੋ ਵਾਲਾ ਫਿੱਟ ਲੱਗਦਾ ਹੈ ਆਓ ਚਾਰ ਆਪਣੀ ਟੀਮ ਦੇ ਲਈ ਜੁੜ ਗਿਆ ਬਿੱਲੇ ਦਾ ਵੀ ਧੰਨਵਾਦ ਹੈ ਬਿੱਲਾ ਝਨੀਰ ਸਾਡਾ ਜ਼ਿੰਦਗੀ ਦਾ ਮਾਣ ਉਹ ਭਰਾ ਵੀ ਕਹਿੰਦੇ ਚੇਤੇ ਤੌਰ ਤੇ ਪਹੁੰਚਿਆ ਹੋਇਆ ਹੈ ਪਿਆਰ ਹੈ ਕਹਿੰਦੇ ਦਾਨੇ ਵਾਲੀਏ ਮੁੰਡਿਆਂ ਦੇ ਨਾਲ ਤੇ ਸ਼ੁਭਦੀਪ ਸਿੱਧੂ ਮੂਸੇ ਵਾਲੇ ਨੂੰ ਬੜਾ ਮਿਸ ਕਰਦਾ ਤੇ ਬੜਾ ਹੀ ਸੁਣਦਾ ਹੈ
ਜਿਹੜਾ ਕਹਿੰਦੇ ਕਹਿੰਦਾ ਹੁੰਦਾ ਵੀ ਨਿਤ ਕੰਟਰੋਵਰਸੀ ਕ੍ਰੀਏਟ ਮਿਲੂਗੀ, ਉਹ ਧਰਮਾਂ ਦੇ ਨਾਮ ਤੇ ਡਿਬੇਟ ਮਿਲੂਗੀ, ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ। ਬਾਕੀ ਕਿੰਨੇ ਚਰਚੇ ਸ਼ੁਭਦੀਪ ਸਿੱਧੂ ਮੂਸੇਵਾਲੇ ਦੇ, ਪਰ ਸਾਹਮਣੇ ਪੈਂਦੀ ਵਾਰ ਉਧਰਲੇ ਪਾਸੇ ਪਰ ਜਿੱਤ ਕੇ ਕੌਣ ਜਾਊ, ਇਹਦੇ ਥੋੜੀ ਦੇਰ ਨੂੰ ਫੈਸਲੇ ਲੋਕਾਂ ਦੇ ਸਾਹਮਣੇ ਹੋਣਗੇ। ਬਾਗ ਪੌਂਦ ਨੇ ਕਹਿੰਦੇ ਫਿਰ ਮੁੰਡਾ ਕਹਿੰਦੇ ਹੁੱਕ ਵਾਲੀ ਦੀ ਧਰਤੀ ਦਾ ਉਹ ਤਿਆਰ ਵਰ ਤਿਆਰ ਹੈ, ਟੱਕਰ ਵੱਡੀ ਹੈ, ਟੱਕਰ ਸਿਰੇ ਦੀ ਹੈ, ਪੈਂਦੀ ਵਾਰ ਸਾਹਮਣੇ ਸਵਾਦ ਵੱਖਰਾ ਕਰਨ ਦਾ ਫਿਰ ਵਾਧਾ ਕਰ ਗਿਆ ਆਪਣੀ ਟੀਮ ਦੇ ਖਿਡਾਰੀ ਜੋੜਾ, ਇੱਕ ਸਕੋਰ ਜੋੜ ਗਿਆ ਕਾਲੇ ਵਾਲੀ ਪਿੰਡ ਤੇ ਫਕਰ ਝੰਡਾ। ਇਹ ਟੀਮਾਂ ਕਹਿੰਦੇ ਦੂਜੇ ਸੈਮੀ ਦੇ ਲਈ ਕਿਹਦੇ ਤਿਆਰੀ ਫੜ ਲੈਣ, ਦੂਜਾ ਸੈਮੀ ਵੀ ਸਿਰੇ ਦਾ ਖੇਡਿਆ ਜਾਣਾ ਹੈ, ਇਹ ਟੀਮਾਂ ਵੀ ਤਿਆਰ ਰਹਿਣ। ਆਓ ਸਾਹਮਣੇ ਹੁਕਮਾਂ ਵਾਲੀ ਦਾ ਨੌਜਵਾਨ ਕਹਿੰਦੇ ਬਾਲ ਪਾਉਣ ਦੇ ਲਈ ਫਿਰ ਜਿਹੜਾ ਤਿਆਰ ਵਰ ਤਿਆਰ ਹੈ, ਟੱਕਰ ਕਹਿੰਦੇ ਦੋਨੋਂ ਟੀਮਾਂ ਦੀ ਸਿਰੇ ਦੀ ਹੈ, ਜਿਹੜਾ ਜਿੱਤੂ ਖੇਡੀ ਫਾਈਨਲ ਚਾਨਣ ਦੇ ਵੱਡੇ ਮੇਲੇ ਦਾ 17,000 ਪਹਿਲਾ ਪ੍ਰਾਈਜ਼ ਜਿਹੜਾ ਦਿੱਤਾ ਜਾਣਾ। ਆਓ ਇੱਕ ਇੱਕ ਸਕੋਰ ਜਿਹੜਾ ਜੁੜ ਗਿਆ, ਇੱਕ ਰਨ ਦਾ ਵਾਧਾ ਬੜੀ ਟੀਮ ਦੇ ਲਈ, ਜਿਹੜਾ ਭੱਜ ਕੇ ਟੱਪ ਗਈ ਫਿਰ ਦੋ ਵਾਰੀ ਦੋ ਦੋ ਸਕੋਰ ਦਾ ਵਾਧਾ ਹੈ। ਉਧਰ ਜਿਗਨੂ ਸਰਪੰਚ ਸਾਡਾ ਵੀਰ ਕਹਿੰਦਾ ਹੈ ਵੀ ਨਿਆ ਖਿਡਾਰੀ ਛੱਕਾ ਮਾਰਦਾ ਰੁਪਈਆ 200 ਦੇ ਦੇਣਗੇ, 60 ਵਾਲੇ ਬੰਦੇ ਕਾਟ ਹੋ ਗਏ, ਦੱਸੋ ਜੀ ਕਾਟ ਹੋ ਗਏ, ਕਾਟ ਕਾਟ ਹੋ ਗਏ, ਹਾਂ 61 ਕਿੰਨੇ ਕਹੇ ਹੋ ਰਹੇ ਕਿੰਨੇ ਹੋ ਗਏ ਕਾਟ 61 ਸਾਥੀ ਰਹਿ ਗਏ 120 ਬਣ ਜਾਣਗੇ, 60 ਬਣ ਗਏ, ਕਿੰਨੇ ਬਣਾ ਤੇ ਕੱਲੇ ਨੇ 60 ਰਹਿ ਗਏ। 120 ਦਾ ਟਾਰਗੇਟ ਹੈ, 121 ਦਾ ਚਾਰੋ ਦੀ ਬੈਟ ਦੋ, ਚਾਰ ਚਾਰੋ 8 ਹੈ, 8 ਹੈ, ਚਾਰ ਚ ਕਾਟ ਬਣ ਗਏ 60 ਹੈ, ਹਾਂ ਕਿੰਨੇ ਬਣ ਗਏ ਉਹਨੇ ਰਹਿ ਗਏ ਬੰਦਾ ਦਾ ਵੀ ਕਿਹੜਾ ਬੰਦਾ ਦਾ ਚਾਰ ਹੋਏ ਹੋ ਚਾਰੋ, ਹਾਂ ਦੂਜੇ ਤੇ 35 ਆਏ ਆ, ਗੱਲ ਕੀ ਹੈ ਡਾਕਿਆ ਭੇਜਿਆ ਸੀ ਇਹ ਸੰਦੇਸ਼ਾ ਲੈ ਕੇ ਆਇਆ ਕੋਈ ਨਾ ਕੋਈ ਅਮਲੇ ਦਾ। ਲਓ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਬੁੱਢਾ ਕਹਿੰਦੇ ਪਿਛਲੇ ਮੈਚ ਪਿਛਲੇ ਓਵਰ ਦਾ ਹੀਰੋ ਹੈ ਜਿਹਨੂੰ ਕਹਿੰਦੇ ਚਾਂਦੀ ਦੀ ਜਿਹੜੀ ਉਹ ਮੁੰਦੀ ਵੀ ਪਾਈ ਗਈ ਹੈ। ਆਓ ਸਾਹਮਣੇ ਦੇਖਾਂਗੇ ਹੁਣ ਟਰਨਿੰਗ ਪੁਆਇੰਟ ਹੋ ਸਕਦਾ ਲੈ ਵੀ ਜਿੰਦਰ ਹਾਫ ਓਵਰ। ਆਓ ਸਾਹਮਣੇ ਦੇਖਾਂਗੇ ਵੀ ਗੁੰਡਾ ਪੱਖੋ ਵਾਲਾ ਵੀ ਪੂਰਾ ਫਿੱਟ ਹੈ, ਗੁੰਡਾ ਦੇਖਾਂਗੇ ਵੀ ਬੱਲੇ ਬੱਲੇ ਕਰਵਾ ਰਿਹਾ ਹੈ। ਬਾਲ ਪਾਉਣ ਦੇ ਲਈ ਫਿਰ ਖਿਡਾਰੀ ਕਹਿੰਦੇ ਹੁਕਮਾਂ ਵਾਲੀ ਦੀ ਧਰਤੀ ਦਾ ਜਿਹੜਾ ਤਿਆਰ ਵਰ ਤਿਆਰ ਹੈ, ਦੋਨੋਂ ਟੀਮਾਂ ਕਹਿੰਦੇ ਸਿਰੇ ਦੀਆਂ ਬਰਾਬਰ ਦਾ ਜ਼ੋਰ
ਜਿਹੜਾ ਲੱਗਾ ਹੋਇਆ ਟੀਮਾਂ ਦਾ, ਟੀਮਾਂ ਦੇ ਖਿਡਾਰੀਆਂ ਦਾ, ਲਓ ਪੈਂਦੀ ਬਾਲ ਇਹ ਉਧਰਲੇ ਪਾਸੇ ਅਮਰਤ ਚਾਰ ਹੋ ਗਏ ਤੇਰੀ ਯਾਦ ਦੀਆਂ ਫੀਰੇ ਨੇ ਤੁਸੀਂ ਭੁੱਲ ਕੇ ਰਸਤਾ ਚੱਲ ਜਾਣਾ ਧੰਨਵਾਦ ਇਹੀ ਸਰਕਾਰਾਂ ਦਾ ਮਨ ਫਿੱਕਾ ਪੈ ਗਿਆ ਹਾਰ ਦੀਏ ਜ਼ਿੰਦਗੀ ਤੋਂ ਬਦਲਵਾਈ ਹੋਰ ਨਹੀਂ ਹੈ ਕੁਝ ਸਾਹਮਣੇ ਸਾਹਮਣੇ ਪਰ ਸ਼ੱਕੇ ਦਸ ਆਉਣੇ ਪੈਣਗੇ ਧੰਨਵਾਦ ਜਿੱਤ ਕੇ ਉਹ ਜਾਣਗੇ ਜਿਹੜੇ ਬੱਲੇ ਬੱਲੇ ਕਰਵਾਉਣਗੇ ਜੇ ਦਾਨੇ ਵਾਲੇ ਦੇ ਵਿੱਚ ਤਕੜਾ ਖੇਡ ਕੇ ਅੰਡਰ ਪ੍ਰੈਸ਼ਰ ਜਿੱਤ ਕੇ ਉਹਨਾਂ ਨੇ ਜਾਣਾ ਹੈ ਪਰ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਬਰਨਾਲੇ ਪੈਂਦੀ ਬਾਲ ਪੱਲੇ 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 ਬੱਲੇ ਆਓ ਜੁੜ ਗਏ ਛੇ ਆਓ ਜੁੜ ਗਏ ਛੇ ਆਓ ਜੁੜ ਗਏ ਛੇ ਲੈ ਵੀ ਜਿੰਦਰ ਦੱਸ ਦੇ ਹੁਣ ਕਿੰਨੇ ਰਹਿ ਗਏ ਕਿੰਨੀਆਂ ਬਾਲਾਂ ਦੇ ਵਿੱਚ ਕਿੰਨੇ ਰਹਿ ਗਏ ਇੱਕ ਬਾਲ ਰਹਿੰਦੀ ਆ ਬਾਲ ਪਈ ਆ ਪੰਤਾਲੀ ਰਹਿ ਗਏ ਕਿੰਨੇ ਰਹਿ ਗਏ ਪੰਤਾਲੀ ਪਏ ਉੱਨੀ ਵਾਲਾ ਸੰਤਾਲੀ ਰਹਿੰਦੇ ਆ ਪੰਤਾਲੀ ਪੰਤਾਲੀ ਹੈਗੇ ਉੱਨੀ ਵਾਲਾ ਦੀ ਖੇਡ ਬਾਕੀ ਆ ਮੈਚ ਕਹਿੰਦੇ ਜਾਫਰੀ ਤੇ ਆ ਗਿਆ ਮੇਰੇ ਮਿੱਤਰੋ ਫਸ ਗਿਆ ਮੈਚ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਕਹਿੰਦੇ ਦੋਵੇਂ ਟੌਪ ਦੀਆਂ ਉਹ ਬਾਲ ਬੰਦ ਪਿਆਰ ਹੈ ਸਾਹਮਣੇ ਹਰ ਪੀੜ ਦੀ ਕੋਸ਼ਿਸ਼ ਕੀਤੀ ਸੀਗੀ ਪਰ ਵੇਖਦੇ ਹਾਂ ਫਿਲਡਰ ਦਾ ਟਿੱਕਾ ਲਾ ਕੇ ਵੀ ਉਹਦਾ 200 ਬਣ ਜਾਣਾ ਸੀ ਹੁਣ ਵੇਖਦੇ ਹਾਂ ਛੱਕਾ ਨਾ ਬਣੀ 39 ਰਹਿ ਗਈ 18 ਬਾਲਾਂ 39 ਰਹਿ ਗਈ ਹੈ ਬਿੱਲਾ ਵੀ ਪਹੁੰਚਿਆ ਹੋਇਆ ਧੀਰਾ ਤੇ ਢਾਡਵਾ ਦਾ ਕਹਿੰਦੇ ਵੀਰ ਸਾਡੇ ਦਾ ਅਜੇ ਖੇਡ ਮੇਲੇ ਦੀ ਵੱਡੀ ਹਾਜ਼ਰੀ ਆ ਜਦੋਂ ਦਵਾਬਾ ਇਹਨਾਂ ਪਿੰਡਾਂ ਦੇ ਕਹਿੰਦੇ ਮਾਂ ਇਸੇ ਇਲਾਕੇ ਦੇ ਸਭ ਸਾਹਮਣੇ ਫੇਰ ਕਰੇ ਪ੍ਰਮਾਤਮਾ ਆਉਣ ਵਾਲੇ ਸਮੇਂ ਦੇ ਲਈ ਹੋਰ ਜਿਹੜਾ ਸਮਾਂ ਚੰਗਾ ਹੋਵੇ ਭਾਗਾ ਵਾਲਾ ਹੋਵੇ ਸਾਡੀਆਂ ਦੀ ਦਵਾਬਾ ਨੇ ਪਹਿਲੀ ਕਰੀਏ ਮੇਲੇ ਦੀ ਸ਼ੁਰੂਆਤ ਆਪਾਂ ਪਹਿਲੀ ਬਾਲਾ ਪਿੱਚ ਦੇਣਾ ਚੈੱਕ ਕਰੋ ਪੰਜ ਸਕੋਰ ਕੱਟੇ ਜਾਣਗੇ ਵੀ
ਮਸਾ ਬਣਾਇਆ ਭਾਈ ਜੀ ਮੈਂ ਜਿਹੜਾ ਕੰਟੀਨਿਊ ਪਲੇ ਰੱਖਾਂਗੇ ਬੇਨਤੀ ਹੈ ਮੈਚ ਕੰਟੀਨਿਊ 18 ਬਾਲਾਂ ਦੇ ਵਿੱਚ 39 ਸਕੋਰ ਜਿਹੜੇ ਜਿੱਤਣ ਦੇ ਲਈ ਚਾਹੀਦੇ ਹੈ 18 ਦੇ ਵਿੱਚ 39 ਸਕੋਰ ਜਿਹੜੇ ਜਿੱਤਣ ਦੇ ਲਈ ਚਾਹੀਦੇ ਹੈ ਦੋਨੋਂ ਟੀਮਾਂ ਕਹਿੰਦੇ ਪੂਰਾ ਜ਼ੋਰ ਲਾ ਰਹੀਆਂ ਮੁੜਕੋ ਮੁੜਕੀ ਹੋਏ ਫਿਰਦੇ ਹੁਣ ਚੋਪਰ ਸਾਰੇ ਮੈਚ ਸਿਰੇ ਦਾ ਲੱਗਿਆ ਤਾਂ ਹੀ ਉਹ ਬੈਠਦੇ ਨੇ ਲਲਕਾਰੇ ਬਾਕੀ ਮੈਚ ਸਿਰੇ ਦਾ ਚੋਟੀ ਦਾ ਇਹ ਮੈਚ ਕਹਿੰਦੇ ਜਿਹੜਾ ਜਿੱਤੂਗਾ ਉਹ ਫਾਈਨਲ ਦੇ ਵਿੱਚ ਕਹਿੰਦੇ ਖੇਡੋ ਹੋਣਗੀਆਂ ਗੱਲਾਂ ਦੂਜੇ ਸੈਮੀ ਦੀਆਂ ਟੀਮਾਂ ਤਿਆਰ ਕਹਿੰਦੇ ਕਾਲਿਆਂ ਵਾਲੀ ਪਿੰਡ ਦਾ ਮੁਕਾਬਲਾ ਜਿਹੜਾ ਫੱਕਰ ਝੰਡੇ ਦੀ ਟੀਮ ਨਾਲ ਖੇਡਿਆ ਜਾਣਾ ਹੈ ਪੀਰ ਬਾਬਾ ਬਲੈਸ਼ ਸ਼ਾਹ ਦੀ ਧਰਤੀ ਹੈ ਨਿਰੰਜਨ ਵਰਗੇ ਵੀਰ ਸਾਡੇ ਜਿਹੜੇ ਪਹੁੰਚੇ ਹੋਏ ਹੈ ਆਕਾਸ਼ ਵਰਗੇ ਧੰਨਵਾਦ ਹੈ ਕਹਿੰਦੇ ਮੁੰਡਿਆਂ ਦਾ ਦੋਨੋਂ ਟੀਮਾਂ ਕਹਿੰਦੇ ਚੋਟੀ ਦੀਆਂ ਦੂਜਾ ਸੈਮੀ ਖੇਡਿਆ ਜਾਵੇਗਾ ਬਾਲ ਪਾਉਣ ਲਈ ਕਹਿੰਦੇ ਫਿਰ ਮੁੰਡਾ ਹੁਕਮਾਂ ਵਰਗੀ ਧਰਤੀ ਦਾ ਹੋ ਤਿਆਰ ਹੋ ਤਿਆਰ ਬੜੀ ਜ਼ਬਰਦਸਤ ਬਾਲ ਹੈ ਸਾਸੀ ਕੀਤੀ ਹੈ ਪਰ ਹੁਣ ਮੈਨੂੰ ਲੈਣਾ ਵੀ 16 ਬਾਲਾਂ ਤੇ ਰਹਿ ਗਏ 33 ਮੈਚ ਜਿੱਤਣ ਦੇ ਲਈ 16 ਬਾਲਾਂ ਤੋਂ 33 ਰਹਿ ਗਿਆ ਭੀਮੇ ਵਾਲੇ ਵੀ ਆਏ ਹੋਏ ਆ ਮਸ਼ੀਨਾਂ ਵਾਲੇ ਧੰਨਵਾਦ ਹੈ ਬੈਗ ਹੋਣੀ ਵੀਰ ਸਾਡੇ ਗੁੱਤੀ ਹੋਣੀ ਇਹ ਰਾਜ ਦੀਆਂ ਗੱਲਾਂ ਹੈ ਤੇ ਰਾਜ ਬੜੇ ਡੂੰਘੇ ਆਏ ਆਓ ਪੈਂਦੀ ਵਾਲੀ ਦੇ ਪਾਸੇ 33 ਰਹਿੰਦੇ ਨੇ ਮੇਰੇ ਮਿੱਤਰੋ ਆਓ 33 ਰਹਿੰਦੇ 33 ਰਹਿੰਦੇ 33 ਰਹਿੰਦੇ ਓ ਪਾਓ ਕੇਚੀਆ ਲਾਕਿਆ ਸ਼ਿਕਾ ਫੇਰ ਲਾਓ ਸਾਹਮਣੇ ਸਾਹਮਣੇ ਖੜਕਾ ਡੜਕਾ ਖੜਕਾ ਡੜਕਾ ਫੁੱਲ ਹੋਦਾ ਫੁੱਲ ਹੋਦਾ ਫੁੱਲ ਹੋਦਾ ਓਏ ਪਖੋੜੇ ਨੇ ਕਰਤਾ ਖੜਕਾ ਡੜਕਾ ਫੁੱਲ ਹੋਦਾ ਅੱਲਾ ਅੱਲਾ ਮਿਲਕੋ ਖੜਕਾ ਡੜਕਾ ਹੁੰਦਾ ਹੈ ਉਹ ਤਾਨਿਆਂ ਦੇ ਵਿੱਚ ਖੜਕਾ ਡੜਕਾ ਹੁੰਦਾ ਹੈ ਹੁਕਮਾਂ ਵਾਲੀ ਦੀ ਕਰ ਦੋ ਸ਼ੇਰ ਮੁਲਖੋ ਪੁੱਟ ਦੀ ਫਿਰ ਜਿਹੜਾ ਤਿਆਰ ਵਰ ਤਿਆਰ ਹੈ ਉਹ ਦਿਲ ਕਰਦਾ ਮੇਰੇ ਮਿੱਤਰੋ ਆਓ ਸਾਹਮਣੇ ਜਦੋਂ ਛੱਕਾ ਵੱਜਦਾ ਦਿਲ ਧੱਕ ਧੱਕ ਕਰਦਾ ਹੈ ਇਹ ਕਹਿੰਦੇ ਸੈਮੀ ਫਾਈਨਲ ਹੈ ਜਿਹੜਾ ਜਿੱਤੂ ਖੇਡੂ ਫਾਈਨਲ ਉਹ ਤਾਨਿਆਂ ਦੇ ਵੱਡੇ ਮੇਲੇ ਦਾ ਆਓ ਸਾਹਮਣੇ ਕੋਈ ਚਾਂਦੀ ਦੇ ਚੈਨ ਦਾ ਕੋਈ ਚਾਂਦੀ ਦੀ ਮੁੰਦਰੀ ਦਾ ਜਿੱਤੂ ਹੈ ਮੁੰਡਿਆਂ ਨੇ ਕਹਿੰਦੇ ਸਰਾ ਕਰਵਾਤਾ ਹੈ ਡੈਨਲ ਦੀ ਪ੍ਰਬੰਧਕ ਕਮੇਟੀ ਜਿੱਥੇ ਕਹਿੰਦੇ ਵਧਾਈ ਦੇ ਹੱਕਦਾਰ ਹੈ ਉੱਥੇ ਮੇਲਾ ਵੱਡਾ ਹੋ ਗਿਆ ਆਓ ਸਾਹਮਣੇ ਬਾਲ ਪਾਉਣ ਦੇ ਲਈ ਫਿਰ ਪੱਚੀ ਸਹੀ ਹੈ ਹਾਂ ਸਹੀ ਹੈ ਇੰਨਾ ਕਹਿੰਦਾ ਵੀ ਬੜੇ ਪਖਵਾੜਿਆ 25 ਰਹਿ ਗਏ ਆਓ ਸਾਹਮਣੇ ਬੇਸ਼ੱਕ ਹਿਸਾਬ ਦੇ ਫਾਰਮੂਲੇ ਹਿਸਾਬ ਚ ਨਹੀਂ ਆਏ ਪਰ ਜੋੜ ਘਟਾਓ ਕਰਨਾ ਪੈਂਦਾ 25 ਰਹਿੰਦੇ 25 50 ਇਹ ਕੋਈ ਤਾਨੇ ਵਾਲੇ ਨੇ ਮੇਲੇ ਤੋਂ ਅੱਜ ਤਹਾ ਦਿਖਾ 25 50 ਮੁੰਡਾ ਦੇ ਅੰਡਰ ਦੇ ਵਿੱਚ ਕਹਿੰਦੇ ਸਿਰਾ ਕਰਦਾ
ਹੌਸਲਾ ਕਰਦਾ ਤੂੰ ਵੀ ਸਿਰਾ ਕਰਦਾ ਹੈ ਹਉ ਸਾਹਮਣੇ ਰਾਜੇ ਖੇਲੇ ਦੇ ਕਹਿਣ ਲੱਗੂ ਮੁੰਡੇ ਨੇ ਕਹਿਰ ਕਰਦਾ ਹੈ ਹਉ ਸਾਹਮਣੇ ਬਾਜ ਪਾਉਣੀ ਵਾਲੀ ਫਿਰ ਬਾਜ ਬਣ ਕਹਿੰਦੇ ਤਿਆਰ ਵਰ ਤਿਆਰ ਹੈ ਗਰਮੀ ਵੀ ਬਹੁਤ ਹੈ ਹਲਕੀ ਹਲਕੀ ਜਿਹੜੀ ਹਵਾ ਚੱਲਦੀ ਹੈ ਵੀ ਜਿੰਦਰ ਤੇ ਮੁੰਡਿਆਂ ਨੂੰ ਪਤਾ ਜਿਹੜੇ ਖੇਡਦੇ ਆ ਗਰਾਊਂਡ ਦੇ ਵਿੱਚ ਹਉ ਪੱਖੋ ਵਾਲਾ ਕਹਿੰਦੇ ਖਿਡਾਰੀ ਜਿਹੜਾ ਸ਼ੇਅਰ ਕਰ ਦੋ ਬਾਈ ਸਾਰੇ ਭਰਾ ਚੱਕ ਦੋ ਵੱਟੇ ਬੰਦਾ ਲੀਡ ਕਰੋ ਟੀਮ ਨੂੰ
ਹੁਣ ਤੇ ਸਾਰੇ ਹੀ ਆਪਾਂ ਕਪਤਾਨ ਬਣ ਕੇ ਫਿਰ ਹਿਸਾਬ ਚ ਨਹੀਂ ਹੋਣਾ ਕੰਮ ਪੱਚੀ ਰਹਿੰਦੇ ਆ ਗਿਆਨੀ ਨੂੰ ਮੋਟਾ ਮੋਟਾ ਸਮਝਾ ਦੋ ਵੀ ਤਿੰਨ ਛੱਕੇ ਤੈਨੂੰ ਮਾਫ਼ ਹੈ ਜਿਵੇਂ ਦਾਨੇ ਵਾਲੀ ਸੋਹਣ ਸੋਟੀ ਨੂੰ ਕਹਿੰਦਾ ਹੁੰਦਾ ਵੀ ਤੈਨੂੰ ਚਾਰ ਮਾਫ਼ ਹੈ ਦੋ ਦੁਬਾਰੀ ਸਮਝਾ ਰਿਹਾ ਮੋਟਾ ਮੋਟਾ ਵੀ ਤੈਨੂੰ ਤਿੰਨ ਮਾਫ਼ ਨੇ ਹੁਣ ਦੇਖਦੇ ਆ ਪੱਚੀ ਰਹਿੰਦੇ ਮੇਰੇ ਮਿੱਤਰੋ ਮੈਚ ਜਿੱਤਣ ਦੇ ਲਈ ਜੇ ਲਾਸਟ ਵਾਲੇ ਵਿੱਚ ਅਠਾਰਾਂ ਠੀਕ ਰਹੇ ਮੈਂ ਵੀ ਪੱਠੂਆਂ ਨੂੰ ਦੁੱਖ ਰਹਿਣਗੇ ਆਹ ਮੁੰਡਾ ਕਿਹੜੇ ਤਿਆਰ ਦਾ ਤਿਆਰ ਹੈ ਸਿੰਘ ਸਰਦਾਰ ਦੀ ਕਿਹੜੇ ਤਾਂ ਪੈਂਦੀਆਂ ਫਿਰ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਟੱਕਰ ਕਿਹੜੇ ਬਰਾਬਰ ਦੀ ਪਾਰਾ ਵਾਲਾ ਪੱਚੀ ਪਾਰਾ ਵਾਲਾ ਪੱਚੀ ਪਾਰਾ ਵਾਲਾ ਪੱਚੀ ਆਓ ਜੀ ਆਓ ਬਈ ਸਾਰੇ ਨਾਲ ਰੁਕ ਰੋ ਜੇ ਪੰਜ ਕਰਦੇ ਨਾ ਤੁਸੀਂ ਗਿੱਪ ਵੀ ਨਹੀਂ ਖੇਡਣਾ ਜਮਾ ਸਹੀ ਪਹਿਲੀ ਦੇ ਮੁੰਡੇ ਨੇ ਕਮਾਲ ਕੀਤੀ ਆ ਪਹਿਲੀ ਤੇ 11 ਬੱਲਾਂ 25 ਰਹਿ ਗਏ ਹੁਣ 11 ਦੇ ਵਿੱਚ 25 ਰਹਿ ਗਏ 11 ਦੇ ਵਿੱਚ 25 ਰਹਿ ਗਏ 11 ਦੇ ਵਿੱਚ 25 ਰਹਿ ਗਏ ਮੈਚ ਸਿਰੇ ਦਾ ਸੈਮੀ ਫਾਈਨਲ ਦੋਨੋਂ ਟੀਮਾਂ ਪੱਖੋਂ ਤੇ ਹੁਕਮਾਂ ਵਾਲੀ ਦਾ ਮੈਚ ਮਿੱਤਰੋ ਫਸ ਗਈਆਂ ਕੁੰਡੀਆਂ ਬਾਹਰ ਬੈਠੇ ਲੋਕੀ ਗੱਲਾਂ ਕਰਦੇ ਟੀਮਾਂ ਦੋ ਕੋ ਹੋ ਗਈਆਂ ਭਾਈ ਮੈਚ ਦਾ ਕਿਹਾ ਦੇ ਵਿੱਚ ਪਤਾ ਕਿਹੜਾ ਦੋ ਕੋ ਤੇ ਹੋ ਗਏ ਸਾਡੇ ਵੀ ਸਾਡੇ ਤੇ ਆ ਕੇ ਦੇਖ ਲੈ ਫਿਰ ਪਤਾ ਲੱਗਦਾ ਜਿੱਤ ਗਈ ਵੀਰੇ ਹੁਕਮਾਲੀ ਚੱਲਦੇ ਮੈਚ ਬਹੁਤ ਤਕੜਾ ਲੱਗਿਆ ਮੈਚ ਅਗਲੇ ਮੈਚ ਵੀ ਜੁੜ ਦਿਓ ਕਾਲੇ ਵੀ ਪਿੰਡ ਦੇ ਫੱਕਰ ਝੰਡਾ ਦੋ ਵਾਰੋ ਸੈਮੀ ਪੈਣਗੇ ਪੜਾਕੇ ਤੇਜ਼ੀ